ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਸਾਹਮਣੇ ਜੀ ਹੁਣ ਅਸੀਂ ਸਿੱਖਾਂ ਦੀ ਸੰਸਦ ਦੀ ਸਿੱਖਾਂ ਦੀ ਪਾਰਲੀਮੈਂਟ ਦੀ ਗੱਲ ਕਰਨ ਜਾ ਰਹੇ ਹਾਂ। ਆਪ ਜੀ ਨੇ ਹੁਣੇ ਬੜਾ ਵਧੀਆ ਧਾਰਮਿਕ ਗੀਤ ਸੁਣਿਆ, ਤੇਰੀ ਕੌਮ ਨੂੰ ਖਾ ਗਏ ਗਦਾਰ ਬਾਜਾਂ ਵਾਲਿਆ, ਅਤੇ ਆਪਾਂ ਹੁਣ ਅੱਜ ਗਦਾਰਾਂ ਦੀ ਗੱਲ ਹੀ ਕਰਨੀ ਹੈ ਵੀ ਕਿਸ ਤਰ੍ਹਾਂ ਦੇ ਨਾਲ ਇਹ ਸਿੱਖ ਕੌਮ ਦੇ ਨਾਲ ਦਗਾ ਕਮਾ ਰਹੇ ਆ, ਕਿਸ ਤਰ੍ਹਾਂ ਗਦਾਰੀ ਕਰ ਰਹੇ ਆ, ਔਰ ਇਹ ਗਦਾਰੀ ਕੁਝ ਪਿਛਲੇ ਕੁਝ ਸਾਲਾਂ ਤੋਂ ਬਹੁਤ ਜ਼ਿਆਦਾ ਵੱਧ ਗਈ ਆ। ਉਸ ਦਾ ਕਾਰਨ ਇਹ ਆ ਵੀ ਜਿਹੜੀ ਜਿਹਨੂੰ ਇਹ ਸੰਸਦ ਕਹਿੰਦੇ ਆ ਉਹ ਇਹਨਾਂ ਨੇ ਆਰ ਐੱਸ ਐੱਸ ਦੀ ਝੋਲੀ ਦੇ ਵਿੱਚ ਪਾ ਦਿੱਤੀ ਹੈ, ਅਤੇ ਆਪ ਵੀ ਆਰ ਐੱਸ ਐੱਸ ਦੀ ਝੋਲੀ ਵਿੱਚ ਪੈ ਗਏ ਆ ਬਿਲਕੁਲ। ਔਰ ਇਹਨਾਂ ਦਾ ਪੂਰਾ ਉਦੇਸ਼ ਹੀ ਇਹ ਆ ਵੀ ਸਾਰੀ ਕੌਮ ਨੂੰ ਗਿਰਵੀ ਰੱਖ ਦਿੱਤਾ ਜਾਵੇ ਆਰ ਐੱਸ ਐੱਸ ਦੇ ਕੋਲ। ਵੇਖੋ, ਮੈਂ ਤੁਹਾਡੇ ਨੁਕਤੇ ਦੇ ਵਿੱਚੋਂ ਮੈਨੂੰ ਗੱਲ ਯਾਦ ਆ ਗਈ ਹੈ ਵੀ ਜਦੋਂ ਸ਼੍ਰੋਮਣੀ ਕਮੇਟੀ 1920 ਦੇ ਵਿੱਚ ਇਹ ਬਣੀ ਅਤੇ 21 ਦੇ ਵਿੱਚ ਇਹ ਹੋਂਦ 'ਚ ਆਈ ਜੀ, ਅਤੇ 25 'ਚ ਤੁਹਾਡਾ ਜਿਹੜਾ ਗੁਰਦੁਆਰਾ ਐਕਟ ਆਇਆ, ਗੁਰਦੁਆਰਾ ਐਕਟ 25 ਦੇ ਵਿੱਚ ਹੀ ਆਰ ਐੱਸ ਐੱਸ ਆਈ। ਬਿਲਕੁਲ, ਵਿਚਾਰਧਾਰਾ ਭਾਵੇਂ ਉਹਨਾਂ ਦੀ ਪਹਿਲਾਂ ਹੀ ਕੰਮ ਕਰ ਰਹੇ ਸਨ ਗਰਾਊਂਡ, ਪਰ ਓਫੀਸ਼ੀਅਲੀ 25 'ਚ ਆਏ, 25 ਡਿਕਲੇਅਰ ਹੋਏ, 25 'ਚ ਡਿਕਲੇਅਰ ਹੋਏ। ਉਹਨਾਂ ਨੇ ਇੱਕ ਉਦੋਂ ਐਲਾਨ ਕੀਤਾ ਸੀ ਆਰ ਐੱਸ ਐੱਸ ਨੇ ਜੀ, ਉਹ ਕਹਿੰਦੇ ਵੀ ਆਉਣ ਵਾਲੇ 100 ਸਾਲ ਦੇ ਵਿੱਚ ਅਸੀਂ ਇਸ ਭਾਰਤ ਦੇਸ਼ ਦੇ ਉੱਤੇ ਹਿੰਦੂ ਰਾਜ ਕਾਇਮ ਕਰ ਦੇਣਾ, ਹਿੰਦੂ ਰਾਜ ਕਾਇਮ ਕਰ ਦੇਣਾ, ਹਿੰਦੂ ਸੰਸਕ੍ਰਿਤੀ ਕਾਇਮ ਕਰ ਦੇਣੀ ਹੈ। ਬਿਲਕੁਲ, 100 ਸਾਲ ਕਿਹਾ ਸੀ ਉਹਨਾਂ ਨੇ, 80 ਸਾਲਾਂ ਦੇ ਵਿੱਚ ਉਹਨਾਂ ਨੇ ਮੋਦੀ ਤੁਹਾਡੇ ਸਿਰ ਤੇ ਪਾ ਦਿੱਤਾ। ਇਹਨਾਂ ਨੇ ਵੀ ਜਦੋਂ ਅਕਾਲੀ ਦਲ ਸ਼੍ਰੋਮਣੀ ਕਮੇਟੀ ਦੇ ਅਧੀਨ ਅਕਾਲੀ ਦਲ ਆਇਆ ਜੀ, ਅਕਾਲੀ ਦਲ ਪੋਲੀਟੀਕਲ ਵਿੰਗ ਬਣਿਆ। ਦਰਅਸਲ ਸ਼੍ਰੋਮਣੀ ਕਮੇਟੀ ਨੂੰ ਬਣਾਉਣ ਵਾਲੇ ਜਿਹੜੇ ਬਜ਼ੁਰਗ ਸੀਗੇ ਨਾ, ਹਾਂਜੀ, ਉਹਨਾਂ ਨੇ ਅਕਾਲੀ ਦਲ ਨੂੰ ਹੋਂਦ 'ਚ ਲਿਆਂਦਾ। ਬਿਲਕੁਲ, ਔਰ ਇਹ ਜਦੋਂ 1920 ਦੇ ਵਿੱਚ ਸਾਰਾ ਕੁਝ ਚੱਲਿਆ ਸਿਸਟਮ, ਤੇ ਅਕਾਲੀ ਦਲ ਸੀ ਜਿਹੜਾ ਇਹ ਸਿੱਖਾਂ ਦੀ ਪ੍ਰਤੀਨਿਧ ਜਮਾਤ ਸੀ। ਬਿਲਕੁਲ ਬਿਲਕੁਲ, ਅਕਾਲੀ ਦਲ ਦੇ ਸੰਵਿਧਾਨ ਦੇ ਵਿੱਚ ਇਹੋ ਲਿਖਿਆ ਸੀ ਵੀ ਇਹ ਸਿੱਖਾਂ ਦੇ ਹੱਕਾਂ ਦੀ ਰਾਖੀ ਵਾਸਤੇ ਹਾਂਜੀ ਇਹ ਸੰਘਰਸ਼ ਕਰੇਗਾ, ਪਰ ਟਾਈਮ ਆਉਣ ਦੇ ਨਾਲ ਨਾਲ ਇਹ ਆਇਆ ਸੀ ਇਹ ਜਮਾਤ ਬਣੀ, ਇਹਨੂੰ ਚੋਣਾਂ ਵੇਲੇ ਤੇ ਅਕਾਲੀ ਦਲ ਬਣ ਜਾਂਦਾ। ਵੈਸੇ ਪੰਜਾਬ ਪਾਰਟੀ ਇਹਨੂੰ ਡਿਕਲੇਅਰ ਕਰ ਦਿੱਤਾ ਮੋਗੇ ਦੀ ਕਾਨਫਰੰਸ ਦੇ ਵਿੱਚ, ਮੋਗਾ ਕਾਨਫਰੰਸ ਦੇ ਵਿੱਚ ਪੰਜਾਬੀ ਪਾਰਟੀ ਨੂੰ ਡਿਕਲੇਅਰ ਕਰ ਦਿੱਤਾ। ਔਰ ਅਸੀਂ ਆਪਣੇ ਬਚਪਨ 'ਚ ਵੇਖਦੇ ਰਹੇ ਹਾਂ ਵੀ ਅਕਾਲੀ ਦਲ ਦਾ ਕੋਈ ਅਹੁਦੇਦਾਰ ਨਾ ਤਾਂ ਪਤਿਤ ਹੁੰਦਾ ਸੀ, ਹਾਂਜੀ, ਨਾ ਕੋਈ ਹੋਰ ਕਿਸੇ ਕੰਮ ਦਾ ਹੁੰਦਾ ਸੀ। ਹੁਣ ਇਹਨਾਂ ਨੇ ਪੰਜਾਬੀ ਪਾਰਟੀ ਬਣਾਉਣ ਦਾ ਕਰਕੇ ਇਹਨਾਂ ਨੇ ਹੌਲੀ ਹੌਲੀ ਜਿਹੜਾ ਇਜ਼ਹਾਰ ਆਲਮ ਆ ਉਹ ਵੀ ਉਹਦੇ ਵਰਗੇ ਜਿਹੜੇ ਸਿੱਖਾਂ ਦੇ ਕਾਤਲ ਨੇ ਉਹ ਵੀ ਅਕਾਲੀ ਦਲ 'ਚ ਵੜ ਲਏ, ਪੰਜਾਬੀ ਪਾਰਟੀ 'ਚ ਵੜ ਲਏ, ਸਿੱਖ ਜਵਾਨੀ ਨੂੰ ਖਤਮ ਕਰ ਦਿੱਤਾ। ਆਪਾਂ ਬੇਸਿਕਲੀ ਜੇ ਕਹੀਏ ਵੀ ਅਕਾਲੀ ਦਲ ਨਹੀਂ ਪੰਜਾਬੀ ਪਾਰਟੀ ਹੈ, ਪੰਜਾਬੀ ਪਾਰਟੀ ਹੈ, ਤੇ ਪੰਜਾਬੀ ਪਾਰਟੀ ਜਿਹੜੀ ਹੈ ਉਹ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੀ, ਪਾਕਿਸਤਾਨ ਦੀ ਵੀ ਹੋ ਸਕਦੀ ਹੈ ਹਾਂਜੀ, ਤੇ ਇੱਧਰ ਦੀ ਵੀ ਹੋ ਸਕਦੀ, ਕਹਿਣ ਤੋਂ ਭਾਵ ਵੀ ਨਾ ਇਹ ਹਿੰਦੂ ਨਾ ਇਹ ਮੁਸਲਮਾਨ ਕੁਛ ਵੀ ਨਹੀਂ ਹੈ, ਕੁਝ ਵੀ ਹੈ ਨਹੀਂ, ਤੇ ਇਹ ਪੰਜਾਬੀ ਆ, ਇਹਨਾਂ ਦਾ ਧਰਮ ਦੇ ਨਾਲ ਕੋਈ ਵਾਸਤਾ ਨਹੀਂ। ਮਤਲਬ ਪੰਜਾਬੀ ਅਸਲ ਦੇ ਵਿੱਚ ਕੋਈ, ਜੇ ਆਪਾਂ ਵੇਖੀਏ ਪੰਜਾਬੀ ਕੋਈ ਕੌਮ ਨਹੀਂ ਹੈ, ਪੰਜਾਬੀ ਭਾਸ਼ਾ ਹੈ, ਪੰਜਾਬੀ ਭਾਸ਼ਾ, ਤੇ ਭਾਸ਼ਾ ਇਹ ਅਲੱਗ ਅਲੱਗ ਕੌਮਾਂ ਬੋਲਦੀਆਂ ਨੇ, ਕ੍ਰਿਸਚਨ ਵੀ ਬੋਲਦੇ ਨੇ ਹਾਂਜੀ, ਮੁਸਲਮਾਨ ਵੀ ਬੋਲਦੇ ਨੇ, ਸਿੱਖ ਵੀ ਬੋਲਦੇ ਨੇ, ਪੰਜਾਬੀ ਸੱਭਿਆਚਾਰ ਆ, ਹਾਂ ਇਹ ਇੱਕ ਅਲੱਗ ਭਾਸ਼ਾ ਹੈ, ਪੰਜਾਬੀ ਭਾਸ਼ਾ, ਇਹਨਾਂ ਨੇ ਭਾਸ਼ਾ ਨੂੰ ਕੌਮ ਬਣਾ ਦਿੱਤਾ ਪੰਜਾਬੀ ਕੌਮ। ਬਿਲਕੁਲ, ਸੋ ਇਹ ਪੰਜਾਬੀ ਪਾਰਟੀ ਹੈ, ਇਸ ਕਰਕੇ ਇਹਨਾਂ ਨੂੰ ਅਕਾਲੀ ਦਲ ਕਹਿਣਾ ਵੀ ਜਿਹੜਾ ਵਾ ਇਹ ਬਜਰਗਨਾਹ ਹੈ, ਕਿਉਂਕਿ ਅਕਾਲੀ ਦਲ ਕਿਹਾ ਮੂੰਹ ਪਵਿੱਤਰ ਹੋ ਜਾਂਦਾ ਸੀ ਵੀ ਜਿਹੜੇ ਬੰਦਿਆਂ ਨੇ ਆਪਣੀਆਂ ਜਾਨਾਂ 'ਤੇ ਜਾਨਾਂ ਹਲੂਣ ਕੇ, ਝੱਬਰ ਵਰਗੇ, ਸਰਮੁੱਖ ਸਿੰਘ ਝਬਾਲ ਵਰਗੇ ਆਪਣੀਆਂ ਜਾਨਾਂ ਹਲੂਣ ਕੇ, ਜਿਹਨਾਂ ਨੇ ਤੁਹਾਡੇ ਨਾਗੋ ਕੇ, ਮੋਹਨ ਸਿੰਘ ਨਾਗੋ ਕੇ, ਮੋਹਨ ਸਿੰਘ ਮਜੈਲ, ਤੇ ਇਹ ਜਿਹੜੇ ਸਾਰੇ ਝੱਬਰ ਵਰਗੇ ਬੰਦੇ, ਤੇਜਾ ਸਿੰਘ ਸਮੁੰਦਰੀ ਵਰਗੇ ਬੰਦੇ ਜਿਹਨਾਂ ਦੀ ਇੰਨੀ ਕੁਰਬਾਨੀ ਸੀ, ਬਿਲਕੁਲ ਹਾਂਜੀ ਬਿਲਕੁਲ, ਉਹ ਔਰ ਉਹ ਬੜੇ ਆਪਣੇ ਸਰਦੇ ਪੁੱਜ ਦੇ ਬੰਦੇ ਸੀ, ਉਹਨਾਂ ਦੀਆਂ ਉਹਨਾਂ ਨੇ ਆਪਣੇ ਪ੍ਰੋਪਰਟੀਆਂ ਵੀ ਦਾਅ ਲਾ ਦਿੱਤੀਆਂ, ਪ੍ਰੋਪਰਟੀਆਂ ਵੀ ਕਈਆਂ ਦੀਆਂ ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਦੀਆਂ ਜਾਇਦਾਦਾਂ ਸੀ ਉਹ ਵੀ ਜ਼ਬਤ ਹੋ ਗਈਆਂ।
ਬਿਲਕੁਲ ਮਸਲਾ ਇਹ ਸੀ ਨਾ ਉਹ, ਪਰ ਉਹਨਾਂ ਦਾ ਨਾਰਾ ਹੀ ਇਹ ਸੀ ਵੀ ਮੈਂ ਮਰਾਂ ਪੰਥ ਜੀਵੇ, ਅੱਜ ਵਰਗੂ ਨਹੀਂ ਪੰਥ ਮਰੇ ਤੇ ਮੈਂ ਜੀਵਾਂ, ਮੈਂ ਜੀਵਾਂ। ਹੁਣ ਗੋਬਿੰਦ ਲੌਂਗੋਵਾਲ ਇਹਨੂੰ ਮੇਰੇ ਖਿਆਲ ਆਏ ਆਪਾਂ ਗੱਲ ਹੋਣੇ ਆ, ਇਹਨਾਂ ਨੇ ਇਹਨਾਂ ਸਾਂਝਾ ਉਮੀਦਵਾਰ ਵੀ, ਹਾਂਜੀ ਸਾਂਝ ਕਿਹਦੇ ਨਾਲ, ਜਿਹੜੀ ਬੀਜੇਪੀ ਐਂਡ ਅਕਾਲੀ ਦਲ, ਉਹਨਾਂ ਨੇ ਸਾਂਝਾ ਉਮੀਦਵਾਰ ਕਰਕੇ ਤੈਨੂੰ ਉੱਥੇ ਇਲੈਕਸ਼ਨ ਵੀ ਲੜਾਈ ਸੀ। ਉਹ ਜਿੱਦਾਂ ਕਪੂਰ ਸਿੰਘ ਦੇ ਮੈਨੂੰ ਬਚਨ ਯਾਦ ਆ ਗਏ, ਕਹਿੰਦਾ ਸ਼੍ਰੋਮਣੀ ਹਮਾਰੀ ਰਹੇ, ਸੇਵਾ ਚੰਦਾ ਯਾਰੀ ਰਹੇ, ਸੰਘ ਨਾਲ ਯਾਰੀ ਥੱਲੇ ਆ ਰਹੀ ਆ ਸਮਾਜ ਕੇ, ਸਿੱਖੀ ਕੀ ਨਾ ਬਾਤ ਚੱਲੇ, ਪੰਥ ਕੀ ਨਾ ਗਾਥ ਚੱਲੇ, ਲੂਟ ਦੋਨੋਂ ਹੱਥ ਚੱਲੇ, ਸੰਗ ਸਾਜ ਬਾਜ ਕੇ। ਬਿਲਕੁਲ ਉਹਨਾਂ ਦਾ ਇੱਕ ਇੱਕ ਸੱਚਾ ਹੋ ਰਿਹਾ, ਝੰਡੀ ਵਾਲੀ ਕਾਰ ਰਹੇ, ਫੁੱਲਣ ਕੇ ਹਾਰ ਰਹੇ। ਬਿਲਕੁਲ ਇਹ ਅਕਾਲੀ ਦਲ ਦਾ ਹਾਰ ਆ ਵੀ ਝੰਡੀ ਵਾਲੀ ਕਾਰ ਹੋਵੇ ਤੇ ਫੁੱਲਾਂ ਦੇ ਹਾਰ ਬਾਹ ਪਈ ਜਾਣ, ਜਿੱਥੇ ਜਾਣ ਫੁੱਲਾਂ ਦੇ ਹਾਰ, ਫੁੱਲਾਂ ਦੇ ਹਾਰ। ਈਵਨ ਕਾਹਨ ਸਿੰਘ ਨਾਭਾ ਨੇ ਵੀ ਇੱਕ ਕਵਿਤਾ ਲਿਖਿਆ ਬੜਾ ਵਧੀਆ ਜੀ, ਮੈਨੂੰ ਯਾਦ ਆ ਜਾਏਗਾ ਆਪਾਂ ਜਦੋਂ ਗੱਲਬਾਤ ਕਰਾਂਗੇ, ਪਰ ਮੇਰੇ ਮਾਇੰਡ 'ਚੋਂ ਵਿਸਰ ਗਿਆ, ਬੜਾ ਸੋਹਣਾ ਮੈਂ ਕਿਹਾ ਸੁਣਾਇਆ ਕਈ ਤਿੰਨ ਚਾਰ ਵਾਰ। ਠੀਕ ਹੈ, ਅਤੇ ਅੱਜ ਆਪਾਂ ਹੁਣ ਗੱਲ ਕਰਨੀ ਹੈ ਇਲੈਕਸ਼ਨ ਦੀ, ਜਿਹੜੇ 29 ਤਰੀਕ ਨੂੰ ਜਿਹੜੇ ਸਿੱਖ ਪਾਰਲੀਮੈਂਟ ਖੋਤੀ ਸਿੱਖ ਪਾਰਲੀਮੈਂਟ ਇਲੈਕਸ਼ਨ ਹੋਏ ਆ, ਉਹਨਾਂ ਬਾਰੇ ਗੱਲ ਕਰਨੀ ਆ। ਹਾਂ, ਮੈਂ ਖਾਲਸਾ ਨਿਊਜ਼ ਦੀ ਨਿਊਜ਼ ਤੁਹਾਡੇ ਸਾਹਮਣੇ ਖੋਲ੍ਹੀ, ਵੇਖ ਕਿੱਦਾਂ ਲੱਡੂ ਮੂੰਹ 'ਚ ਪਾ ਰਿਹਾ ਉਹ। ਹਾਂਜੀ, ਬਹੁਤ ਉਹ ਲੱਡੂ ਵੀ ਸਰਸੇ ਤੋਂ ਹੀ ਆਏ ਆ, ਸਰਸੇ ਦੇ ਬਣੇ ਆ ਇਹ, ਡੇਰੇ ਦੇ ਬਣੇ ਆ। ਅੱਛਾ, ਇਹ ਸਰਸੇ ਡੇਰੇ ਦੇ ਬਣੇ, ਸਰਸੇ ਡੇਰੇ ਦੇ ਬਣੇ ਆ। ਮਤਲਬ ਤੁਸੀਂ ਕਹਿੰਦੇ ਜੀ ਵੀ ਪ੍ਰੇਮੀਆਂ ਨੇ ਬਣਾਏ ਨੇ, ਪ੍ਰੇਮੀਆਂ ਨੇ, ਕਿਉਂਕਿ ਪ੍ਰੇਮੀਆਂ ਦੇ ਮੂੰਹ 'ਚ ਜਾ ਰਹੇ ਆ। ਹਾਂ, ਪ੍ਰੇਮੀਆਂ ਦੇ ਮੂੰਹ 'ਚ ਜਾ ਰਹੇ ਤੇ ਫਿਰ ਲੱਡੂ ਪ੍ਰੇਮੀਆਂ ਨੇ ਬਣਾਉਣੇ ਸੀਗੇ, ਬਾਹਰੋਂ ਕਿੱਦਾਂ ਆ ਜਾਣੇ ਆ। ਪ੍ਰਧਾਨ ਲੌਂਗੋਵਾਲ ਜੀ ਬਣਾਏ ਨੇ, ਗੋਬਿੰਦ ਸਿੰਘ ਲੌਂਗੋਵਾਲ, ਇਹ ਪਿੱਛੇ ਜੇ ਅਪ੍ਰੈਲ ਦੇ ਵਿੱਚ ਹੀ ਇਸੇ ਜਥੇਦਾਰ ਨੇ ਹੀ ਇਹਨਾਂ ਨੂੰ ਸਜਾ ਲਾਈ ਸੀ। ਹਾਂਜੀ ਹਾਂਜੀ, ਇਹਦੇ ਨਾਲ ਇੱਕ ਹੋਰ ਮੈਂਬਰ ਆ, ਕਾਰਜਕਾਰੀ ਕਮੇਟੀ ਦਾ ਮੈਂਬਰ ਬਣਾਇਆ ਨਵਤੇਜ ਸਿੰਘ ਕੌਣੀ, ਹਾਂ, ਜਿਹਦਾ ਸੰਬੰਧ ਦੋਦਾ ਪਿੰਡਾਂ ਮੁਕਤਸਰ ਦੇ ਵਿੱਚ। ਅੱਛਾ ਜੀ, ਹਾਂਜੀ, ਅਤੇ ਉਹ ਉਹ ਵੀ ਸਜ਼ਾ ਭੁਗਤ ਕੇ ਹਟਿਆ। ਮਤਲਬ ਸਜ਼ਾ ਜਿਹੜੀ ਜਪਜੀਤ ਸਾਹਿਬ ਦੇ ਪਾਠਾਂ ਵਾਲੀ? ਹਾਂਜੀ, ਉਹ ਸਜ਼ਾ ਜੀ, ਪਾਠ ਕਰਨ ਦੀ ਸਜ਼ਾ ਅਤੇ ਉਹ ਪ੍ਰਕਰਮ ਲੱਗਦਾ ਵੀ ਜਦੋਂ ਆਪਾਂ ਕਹਿੰਦੇ ਨਾ ਬੱਚੇ ਨੂੰ ਸਵੇਰੇ ਬੇਟਾ ਪਾਠ ਕਰਿਆ ਕਰੋ, ਉਹਨੂੰ ਸਿੱਧਾ ਕਹਿੰਦਾ ਕਹਿੰਦਾ ਤੈਨੂੰ ਸਜ਼ਾ ਲੱਗੀ ਹੈ, ਤੂੰ ਪਾਠ ਕਰਿਆ ਕਰ, ਸਜ਼ਾ ਭੁਗਤ, ਸਜ਼ਾ ਭੁਗਤ, ਤੈਨੂੰ ਸਜ਼ਾ ਲੱਗੀ, ਤੇਰੀ ਪਨਿਸ਼ਮੈਂਟ ਆ ਪਾਠ ਕਰਨਾ। ਅਤੇ ਇਹ ਅਪ੍ਰੈਲ ਦੇ ਵਿੱਚ ਸਜ਼ਾ ਭੁਗਤ ਕੇ ਹਟੇ ਆ। ਅੱਛਾ, ਅਤੇ ਨਵਤੇਜ ਸਿੰਘ ਹੋਣੀ, ਜਾਣਕਾਰੀ ਸੂਤਰਾਂ ਤੋਂ ਪਤਾ ਲੱਗਾ, ਅੱਛਾ, ਵੀ ਉਹ ਪ੍ਰੇਮੀਆਂ ਦਾ ਜਿਹੜਾ ਆਪਣਾ ਹੋ ਰਿਹਾ ਸੀਗਾ ਨਾਮ ਚਰਚਾ, ਅੱਛਾ, ਅੱਜ ਉਹਦੇ 'ਚ ਬੈਠੇ ਸੀ। ਇਹ ਆਪਣਾ ਨਵਤੇਜ ਸਿੰਘ ਕੌਣੀ, ਨਵਤੇਜ ਸਿੰਘ ਕੌਣੀ, ਨਹੀਂ ਉਹ ਆਪਣਾ, ਵੇਖੋ ਮੈਂ ਤੁਹਾਡੇ ਸਾਹਮਣੇ ਨਿਊਜ਼ ਖੋਲ ਦਿੰਦਾ ਹੁਣੇ, ਖਾਲਸਾ ਨਿਊਜ਼ ਦੇ ਉੱਤੇ ਅੱਜ ਉਹਨਾਂ ਨੇ, ਖਾਲਸਾ ਨਿਊਜ਼ ਨੇ ਲਾਈ ਹੈ ਗੱਲ ਵੀ ਨਵਤੇਜ ਸਿੰਘ ਕੌਣੀ ਜਿਹੜਾ ਵਾ, ਆਹ ਵੇਖੋ ਜੀ, 11 ਅੰਤਰਿੰਗ ਕਮੇਟੀ ਜਿਹੜੀ ਹੈ ਉਹਨਾਂ 'ਚ ਇੱਕ ਮੈਂਬਰ, ਉਹਨਾਂ ਦਾ ਇੱਕ ਮੈਂਬਰ ਆ ਇਹ, ਤੇ ਉਹ ਨੀਲੀ ਪੱਗ ਵਾਲਾ ਬੈਠਾ ਜੀ। ਹਾਂਜੀ, ਉਹ ਵੇਖੋ, ਬਿਲਕੁਲ ਖਾਲਸਾ ਨਿਊਜ਼ 'ਤੇ ਜਿਹੜੇ ਵੀ ਆਪਣੇ ਸਰੋਤੇ ਸੁਣ ਰਹੇ ਨੇ ਨਾ, ਉਹ ਅੱਜ ਦੀ ਖਾਲਸਾ ਨਿਊਜ਼ ਦੀ ਜਿਹੜੀ ਨਿਊਜ਼ ਹੈ ਉਹ ਜਾ ਕੇ ਦੇਖ ਸਕਦੇ ਜੀ, ਨਵਤੇਜ ਸਿੰਘ ਕੌਣੀ ਦੇ ਦਰਸ਼ਨ ਕਰ ਸਕਦੇ ਜੀ ਉੱਥੇ, ਔਰ ਸਜ਼ਾ ਭੁਗਤ ਕੇ ਫਿਰ ਉਹਨੂੰ ਕਿਸੇ ਨੇ ਪੁੱਛਿਆ ਵੀ ਤੂੰ ਇੱਥੇ ਕੀ ਕਰਦਾ। ਅੱਛਾ, ਕਹਿੰਦਾ ਵੀ ਹੋ ਰਹੀ ਇਹਨਾਂ ਦੇ ਵਿੱਚ ਆਪਣਾ ਹਾਲ ਵੇਖ ਲਓ, ਲਿਖਿਆ ਸਾਫ਼ ਲਿਖਿਆ ਵੀ ਕੰਧਾ ਕੱਢ ਲਈਏ ਪ੍ਰੇਮੀਆਂ ਦੇ ਨਾਲ। ਸਜ਼ਾ ਵੀ ਮੇਰੇ ਖਿਆਲ ਨੂੰ ਲਾਈ ਸੀਗੀ ਝਾੜੂ ਦੇਣਾ ਪ੍ਰਕਰਮਾ ਚ, ਤੇ ਇੱਥੋਂ ਦਿੰਦਾ ਹੋਇਆ ਤੂੰ ਜਾਣਾ ਪ੍ਰੇਮੀਆਂ ਜਿਹੜੇ ਡੇਰੇ ਦੇ ਪ੍ਰੇਮੀ ਹੈ ਨਾ ਉਧਰ ਨੂੰ ਚਲੇ ਜਾ, ਅੱਛਾ, ਉੱਥੋਂ ਝਾੜੂ ਦਿੰਦਾ ਦਿੰਦਾ ਉੱਥੇ ਤੱਕ ਪਹੁੰਚਿਆ। ਨਹੀਂ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਪ੍ਰਕਰਮਾ ਚ ਤਾਂ ਧੂੜੀ ਨਹੀਂ ਹੁੰਦੀ, ਝਾੜੂ ਕਿੱਥੇ ਦਵਾਉਣਾ ਉੱਥੇ। ਡੇਰੇ ਵੱਲੋਂ ਚਲਿਆ ਤੂੰ ਉੱਥੇ ਜਾਣਾ ਹੀ ਆ, ਤੇ ਵੀ ਉਹਨਾਂ ਚਲੇ ਨੇ, ਇਹਨਾਂ ਦਾ ਵੀ ਪ੍ਰਕਰਮਾ ਜਿਹੜੀਆਂ ਬਿਲਕੁਲ ਦੁੱਧ ਧੋਤੀਆਂ ਸਾਫ਼ ਨੇ ਜਿਹੜੀਆਂ, ਉਹਨਾਂ ਨੂੰ ਸਾਫ਼ ਕਰੀ ਜਾਓ।
ਅੱਛਾ, ਜਿਹੜੀਆਂ ਪਹਿਲਾਂ ਹੀ ਸਾਫ ਨੇ ਉੱਥੇ ਝਾੜੂ ਫੇਰ ਚਾਹੀਦਾ, ਤੇ ਇਹਨਾਂ ਨੂੰ ਇਹ ਆ ਵੀ ਇਹਨਾਂ ਨੂੰ ਸਜਾ ਲਾਉਣੀ ਚਾਹੀਦੀ ਪਿੰਡਾਂ 'ਚ, ਪਿੰਡਾਂ ਦੀ ਸਫਾਈ ਕਰੋ ਜਾ ਕੇ, ਵੀ ਜਿਹੜੇ ਉੱਥੇ ਆਪਣਾ ਮਰਦਾਨਾ ਜਿਹੜੇ ਆਪਣਾ ਜਾਂ ਜਨਾਨਾ ਉੱਥੇ ਬਣੇ ਹੁੰਦੇ ਨੇ, ਗੁਸਲਖਾਨੇ ਬਣੇ ਹੁੰਦੇ ਨੇ, ਉੱਥੇ ਸਾਫ ਕਰੋ ਜਾ ਕੇ, ਵੀ ਉੱਥੇ ਜਾ ਕੇ ਸਫਾਈ ਕਰੋ ਸਾਰਿਆਂ ਦੀ, ਤੇ ਜੇ ਮਾੜਾ ਮੋਟਾ ਰਹਿ ਗਿਆ ਕੁਛ ਤੇ ਫਿਰ ਨਾਲੀਆਂ ਸਾਫ ਕਰਾ ਲਓ। ਫਿਰ ਕਿੰਨੇ ਵੱਡੇ ਡਰਾਮੇ ਆ, ਉਹ ਸਜ਼ਾ ਭੁਗਤਣਗੇ ਬੜੇ ਨਮਰ ਜੇ ਬਣ ਕੇ, ਹੱਥ ਜੋੜ ਕੇ ਖਲੋ ਜਾਣਗੇ, ਜਿੰਨਾ ਕਦੀ ਦਾੜੀ ਖੁੱਲੀ ਨਹੀਂ ਉਹ ਵੀ ਦਾੜੀਆਂ ਖੁੱਲ੍ਹ ਕੇ ਉੱਥੇ ਖਲੋਤੇ ਹੁੰਦੇ ਆ, ਤੇ ਫਿਰ ਜਥੇਦਾਰ ਆ ਜਿਹੜਾ ਜਥੇਦਾਰ, ਮੈਂ ਹੁਣ ਕਵਾਂਗੇ ਇਹਨੂੰ ਕੀ ਕਵਾਂ, ਕਹਿ ਲਓ ਸੰਬੋਧਨ ਤਾਂ ਕਰਨਾ, ਚੋਰ ਨੂੰ ਚੋਰੀ ਕਵਾਂਗੇ, ਹੋਰ ਕੀ ਕਵਾਂਗੇ। ਪੁਜਾਰੀ ਇਹ ਕਹਿੰਦੇ ਆ ਜੀ ਇਹ ਬੜੇ ਜੀ ਇਹਨਾਂ ਨੇ ਵੇਖੋ ਨਿਮਰਤਾ ਪੂਰਵਕ ਇਹਨਾਂ ਨੇ ਆਪਣੀ ਸਜ਼ਾ ਭੁਗਤੀ ਆ। ਗੋਬਿੰਦ ਸਿੰਘ ਲੌਂਗੋਵਾਲ ਹੀ ਕਹਿ ਰਿਹਾ ਸੀ, ਕਹਿੰਦਾ ਜੀ ਬੜੀ ਪਰਮਾਤਮਾ ਦੀ ਕਿਰਪਾ ਹੋਈ ਆ, ਸੇਵਾ ਬਖਸ਼ੀ ਆ। ਹਾਂਜੀ, ਅੱਛਾ, ਪਰਮਾਤਮਾ ਦੀ, ਪਰਮਾਤਮਾ ਦੀ ਕਿਰਪਾ ਹੋਈ ਸੇਵਾ ਬਖਸ਼ੀ, ਪੰਜਾਬ ਵਾਲੇ ਪਰਮਾਤਮਾ ਦੀ, ਜਿਹੜਾ ਆਪਣਾ ਬਾਦਲ ਪਿੰਡ ਚ ਬੈਠਾ ਨਹੀਂ, ਜਦੋਂ ਇਹ ਆਪਣੇ ਪ੍ਰਕਰਮਾਂ ਚ ਝਾੜੂ ਫੇਰ ਰਿਹਾ ਸੀ, ਮੈਂ ਇਹਦੀ ਵੀਡੀਓ ਵੇਖੀ, ਉਹ ਕਹਿ ਰਿਹਾ ਜੀ ਬੜੀ ਕਿਰਪਾ ਹੋਈ ਆ, ਸੇਵਾ ਵੇਖੋ ਬਖਸ਼ੀ ਆ। ਅੱਛਾ, ਜੇ ਸੇਵਾ ਲੈਣੀ ਤਾਂ ਰੋਜ਼ ਉੱਥੇ ਡੇਰੇ ਚਲੇ ਜਾਇਆ ਕਰੋ, ਆ ਕੇ ਸੇਵਾ ਲਾ ਲਿਆ ਕਰੋ। ਹਾਂਜੀ, ਮਸਲਾ ਇਹ ਹੈਗਾ ਵੀ ਜਿਸ ਮਿਸ਼ਨ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਹੋਂਦ 'ਚ ਆਈ ਸੀ, ਹਾਂਜੀ, ਅੱਜ ਉਹ ਮਿਸ਼ਨ ਬਿਲਕੁਲ ਐਬਸੈਂਟ ਹੋ ਗਿਆ ਹੈ, ਬਿਲਕੁਲ, ਅਤੇ ਹੁਣ ਸਿਰਫ ਐਸੇ ਪਖੰਡ, ਹੁਣ ਵੇਖੋ ਕਿੰਨੇ ਪਖੰਡ ਨੇ ਵੀ ਪਤਾ ਨਹੀਂ ਹੈ ਵੀ ਜਿੱਥੋਂ ਪ੍ਰਧਾਨ ਜਿਸ ਜੇਬ 'ਚੋਂ ਨਿਕਲ ਕੇ ਆਉਂਦੇ ਨੇ, ਲਿਫਾਫੇ 'ਚੋਂ ਨਿਕਲਦੇ ਆ, ਕਿਸ ਲਿਫਾਫੇ 'ਚੋਂ ਕਿਸ ਜੇਬ 'ਚੋਂ ਪ੍ਰਧਾਨ ਆਇਆ ਵਾ, ਲੋਕਾਂ ਦੇ ਸਾਹਮਣੇ ਦਿਖਾ ਰਹੇ ਨੇ ਜੀ ਆਹ ਇਹਨੂੰ ਸਪੋਰਟ ਕਰ ਰਿਹਾ, ਪਹਿਲਾਂ ਚੀਮੇ ਹੋਣੀ ਉੱਥੇ ਪਹੁੰਚਿਆ, ਡਾਕਟਰ ਚੀਮਾ ਉੱਥੇ ਪਹਿਲਾਂ ਪਹੁੰਚਿਆ, ਮਲੂਕਾ ਉੱਥੇ ਪਹਿਲਾਂ ਪਹੁੰਚਿਆ ਸਰੋਪਾ ਦੇਣ ਵਾਸਤੇ, ਪਹਿਲਾਂ ਪਹੁੰਚਿਆ, ਹੈਂ, ਵੀ ਕਿੱਡਾ ਪਖੰਡ ਬਣਾ ਰਹੇ ਨੇ, ਕਿੱਡਾ ਬੇਵਕੂਫ ਨੇ ਸਾਰੀ ਜੀ ਡਰਾਮੇਬਾਜ਼ੀ ਆ, ਮੈਂ ਤੇ ਹੈਰਾਨ ਆ ਵੀ ਸਿੱਖ ਕਦੋਂ ਸਮਝਣਗੇ। ਇਹ ਵੇਖੋ ਇਹ ਸੰਸਦ ਜਿਹਨੂੰ ਸੰਸਦ ਦੇ ਕਹਿੰਦੇ ਆ, ਇਹਨਾਂ ਦਾ ਘੇਰਾ ਸਿਰਫ ਪੰਜਾਬ ਤੱਕ ਸੀਮਤ ਰਹਿ ਗਿਆ ਹੁਣ, ਬਿਲਕੁਲ, ਇਹ ਪਹਿਲਾਂ ਹਿਮਾਚਲ ਹਰਿਆਣਾ ਤੇ ਰਾਜਸਥਾਨ ਹੁੰਦੇ ਸੀਗੇ, ਹਾਂਜੀ, ਤੇ ਪੰਜਾਬ ਦੇ ਜਿਹੜੇ ਪੰਜਾਬ ਤੋਂ ਬਾਹਰ ਬਾਕੀ ਸਟੇਟਾਂ ਸੀ ਉਹਨਾਂ ਦੇ ਵਿੱਚ ਇਹਨਾਂ ਦਾ ਕੋਈ, ਇਹਨਾਂ ਦਾ ਕੋਈ ਰੋਲ ਨਹੀਂ ਸੀਗਾ। ਠੀਕ ਹੈ, ਪਟਨੇ ਦਾ ਬੋਰਡ ਆਪਣਾ, ਹਾਂਜੀ, ਹਜ਼ੂਰ ਸਾਹਿਬ ਦਾ ਆਪਣਾ, ਤੇ ਦਿੱਲੀ ਕਮੇਟੀ ਆਪਣੀ ਆ। ਠੀਕ ਹੈ, ਤੇ ਵੇਖੋ ਵੀ ਸੰਸਦ ਕਹਿ ਕੇ ਔਰ ਸਾਰਾ ਆਪਣੇ ਹੁਕਮ ਸਾਰੇ ਦੁਨੀਆਂ ਦੇ ਵਿੱਚ ਜਿੱਥੇ ਜਿੱਥੇ ਸਿੱਖ ਬੈਠੇ ਆ ਉੱਥੇ ਚਲਾਉਣਾ ਚਾਹੁੰਦੇ ਆ ਉਹਨਾਂ ਦੇ ਉੱਤੇ। ਨਹੀਂ, ਨਾਲੇ ਤੁਸੀਂ ਦੇਖੋ ਵੀ ਮੰਨ ਲਓ ਵੀ ਹੁਣ ਇੰਗਲੈਂਡ ਹੈ, ਸ਼੍ਰੋਮਣੀ ਕਮੇਟੀ ਮਤਲਬ ਮੈਨੇਜਮੈਂਟ ਕਰਨਾ ਗੁਰਦੁਆਰਿਆਂ ਦੀ, ਬਿਲਕੁਲ, ਹੁਣ ਇੰਗਲੈਂਡ ਦਾ ਬਿਲਕੁਲ ਹੀ ਸਾਡਾ ਸਿਸਟਮ ਹੋ ਰਿਹਾ, ਇੱਥੋਂ ਦਾ ਇਨਵਾਇਰਮੈਂਟ ਹੋ ਰਿਹਾ, ਹਰ ਇੱਕ ਚੀਜ਼ ਵੱਖਰੀ ਹੈ ਭਾਰਤ, ਇਹ ਕਿਵੇਂ ਸਾਡਾ ਪਲਾਨ ਕਰਨਗੇ ਜੀ ਉੱਥੇ ਬੈਠੇ, ਨਹੀਂ ਕਰ ਸਕਦੇ। ਔਰ ਫਿਰ ਇਹ ਸਿੱਖਾਂ ਦੇ ਇਹਨਾਂ ਨੇ ਕਿੰਨੇ ਕੁ ਮਸਲੇ ਹੱਲ ਕਰ ਲਏ ਆ, ਵੀ ਜਾਂ ਪਾਰਲੀਮੈਂਟ ਦਾ ਸੈਸ਼ਨ ਤੇ ਘੱਟ ਤੋਂ ਘੱਟ ਸਾਲ 'ਚ 3-4 ਵਾਰ ਤੇ ਚਾਹੀਦਾ ਨਾ, ਜਿਹਦੇ ਵਿੱਚ ਸਿੱਖਾਂ ਦੇ ਮਸਲੇ ਆਪਣੇ ਡਿਸਕਸ ਕੀਤੇ ਜਾਣੇ ਚਾਹੀਦੇ ਆ, ਉਹਨਾਂ ਦਾ ਕੋਈ ਹੱਲ ਕੱਢਣਾ ਚਾਹੀਦਾ। ਉਹ ਜੇ ਕਿਤੇ ਇੱਕ ਅੱਧੀ ਘਟਨਾ ਕਿਤੇ ਆਪਣੇ ਵਿਦੇਸ਼ਾਂ ਵਿੱਚ ਹੋ ਜਾਂਦੀ ਆ ਤੇ ਬੱਲੇ ਬੱਲੇ ਸਿਰਫ ਪਬਲਿਸਿਟੀ ਲੈਣ ਦੀ ਖਾਤਰ ਅਖਬਾਰਾਂ 'ਚ ਬਿਆਨ ਦੇ ਦਿੰਦੇ ਆ, ਆਪਣੀ ਬੜੀ ਪੱਗ ਦੀ ਬੇਅਦਬੀ ਹੋ ਗਈ ਜੀ, ਦਸਤਾਰ ਦੀ ਇਉਂ ਕਰਤੀ, ਉਹ ਕਰਤੀ, ਇਹ ਕਰਤੀ, ਉੱਥੇ ਦਸਤਾਰਾਂ ਰੋਜ਼ ਹੀ ਲੈਂਦੀਆਂ ਸਿੱਖਾਂ ਦੀਆਂ ਪੰਜਾਬ ਦੇ ਵਿੱਚ, ਆਪ ਲਾਉਣ ਡੇ ਆ। ਮੈਨੂੰ ਤਾਂ ਲੱਗਦਾ ਜਿਵੇਂ ਆ UK ਵਾਲੇ ਕੁਝ ਕੁ ਸੋ ਕਾਲਡ ਖਾਲਿਸਤਾਨੀ ਜਿਹੜੇ ਨੇ ਉਹ ਜਿਵੇਂ ਡੀਦ ਰਹੇ ਨੇ ਕੋਈ ਬੰਦਾ ਮਰੇ ਤੇ ਪੈਸੇ ਇਕੱਠੇ ਕਰੀਏ, ਉਹ ਹਿਸਾਬ ਇਹਨਾਂ ਦਾ ਵੀ ਕਿਸੇ ਦੀ ਪੱਗ ਲੱਥੇ ਤੇ ਅਸੀਂ ਵਫਦ ਭੇਜੀਏ ਆਪਣਾ, ਉਹ ਫਿਰ ਵਫਦ ਡੀਕਦਾ ਰਹਿੰਦਾ ਕਿਹੜੇ ਵੇਲੇ ਕਿੱਥੇ ਲੱਥੀ ਹੈ, ਚਲੋ ਜੀ ਸਾਨੂੰ ਤੋਰ ਦਿਓ ਨਾ, ਅਸੀਂ ਉੱਥੇ ਜਾ ਕੇ ਗੱਲਬਾਤ ਕਰਕੇ ਆਵਾਂਗੇ, ਸੈਰ ਸੂਰ ਕਰਕੇ ਖਾ ਪੀ ਕੇ ਚਲੇ ਜਾਂਦੇ ਆ, ਖਾ ਪੀ। ਹੁਣ ਤੁਸੀਂ ਵੇਖੋ ਸ਼੍ਰੋਮਣੀ ਕਮੇਟੀ ਦੀ ਕਿੱਡਾ ਕੁਫਰ ਤੋਲਿਆ ਇਹਨਾਂ ਨੇ, ਹਾਲਾਂਕਿ ਇਹਨਾਂ ਦਾ ਜ਼ਿੰਮੇਵਾਰੀ ਬਣਦੀ ਸੀ, ਤੁਸੀਂ ਮੌਜੂਦ ਸੀ ਉੱਥੇ ਜਰਮਨ ਵਾਲੀ ਕਾਨਫਰੰਸ ਜਿਹੜੀ ਅਖੌਤੀ ਦਸ਼ਮ ਗ੍ਰੰਥ ਦੇ ਉੱਤੇ ਜਿਹੜੀ ਜਰਮਨ ਵਾਲੇ ਸੱਜਣਾਂ ਨੇ ਰਖਾਈ, ਜ਼ਿੰਮੇਵਾਰੀ ਇਹਨਾਂ ਦੀ ਸੀ ਨਾ, ਇਹਨਾਂ ਦੀ ਜ਼ਿੰਮੇਵਾਰੀ, ਪੈਸੇ ਉਹਨਾਂ ਖਰਚੇ ਜਰਮਨ ਵਾਲੇ ਨੇ, ਆਪਣਾ ਜਿਹੜੀ ਟੀਮ ਸੀ ਸਾਰੀ ਉਹਨਾਂ ਨੇ ਪੈਸੇ ਖਰਚੇ
ਪ੍ਰਬੰਧ ਉਹਨਾਂ ਨੇ ਕੀਤਾ ਭਾਈ ਨਿਰਮਲ ਸਿੰਘ ਹੋਣਾ ਨੇ ਸਾਰੇ ਜਣੇ ਰਲ ਕੇ ਜੀ, ਤੇ ਇਹਨਾਂ ਦੇ ਬੰਦੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਆ ਰਹੇ ਨੇ ਜਿਹੜੇ ਇਹਨਾਂ ਦੇ ਵਿਦਵਾਨ ਨੇ, ਵਿਦਵਾਨ ਨੇ, ਉਹ ਵੀ ਉਹਨਾਂ ਨੇ ਸੱਦੇ ਪੈਸੇ ਲਾ ਕੇ ਤੇ ਆ ਕੇ ਤੇ ਵਾਪਸ ਚਲੇ ਗਏ ਦੌੜ ਗਏ। ਪਹਿਲਾਂ ਪਹਿਲਾਂ ਬੰਡੂੰਗਰ ਤੇ ਜਹੇਦਾਰ ਵੀ ਬਿਆਨ ਦਿੰਦਾ ਵੀ ਜਿਹੜਾ ਵਾ ਆਪਣਾ ਇਸ ਵਿਸ਼ੇ ਦੇ ਉੱਤੇ ਇਹ ਘੱਟ ਹੋਣਾ ਚਾਹੀਦੀਆਂ, ਦੂਰੀਆਂ ਆ ਹੋਣਾ ਚਾਹੀਦਾ ਵਾ, ਸਭ ਉਹਨਾਂ ਦੀ ਸਹਿਮਤੀ ਨਾਲ ਆ ਰਹੇ ਨੇ, ਬਿਲਕੁਲ ਆ ਕੇ ਵਾਪਸ ਦੌੜ ਗਏ, ਵਾਪਸ ਚਲੇ। ਮਤਲਬ ਇਹ ਕਿੱਡੇ ਬੇਈਮਾਨ ਕਿਸਮ ਦੇ ਲੋਕ ਨੇ, ਔਰ ਉਹ ਹੀ ਜਿਹੜੇ ਇਹਨਾਂ ਨੇ ਬੰਦੇ ਭੇਜੇ ਨੇ ਉਹਨਾਂ ਦਾ ਹੀ ਫਿਰ ਇਹਨਾਂ ਵਿਰੋਧ ਕੀਤਾ ਵੀ ਵਾਪਸ ਆ ਜਾਓ, ਵਾਪਸ ਆ ਜਾਓ ਹੁਣ ਦੌੜਾਓ, ਵਾਪਸ ਆ ਜਾਓ, ਉੱਥੋਂ ਜੋ ਤੁਸੀਂ ਛੱਕ ਲਿਆ ਉੱਥੇ ਖਾ ਪੀ ਲਿਆ, ਇਹਨੇ ਆਰਾਮ ਕਰ ਲਿਆ, ਸੈਰ ਕਰ ਲਈ ਆ, ਹਾਂ ਪਹਾੜਾਂ ਦੀ ਦੇਖ ਵੀ ਹੁਣ ਵਾਪਸ ਆਓ, ਮਤਲਬ ਪਹਾੜਾਂ ਪੁੜਾਂ ਦੀ ਜਿਹੜੀ ਸੈਰ ਕਰ ਲਈ ਉਹ ਠੀਕ ਹੋ ਗਿਆ ਕੰਮ। ਹਾਂਜੀ, ਤੇ ਜਿਹੜਾ ਅਕਾਲ ਤਖ਼ਤ 1900 ਉਹ ਵੀ 1950 ਦੇ ਐਕਟ ਦੇ ਵਿੱਚ ਥੱਲੇ ਹੀ ਹੁੰਦਾ। ਹਾਂ ਬਿਲਕੁਲ, ਉਹਨਾਂ ਨੂੰ ਉਹ ਆਜ਼ਾਦ, ਅਕਾਲ ਤਖ਼ਤ ਆਜ਼ਾਦ ਥੋੜ੍ਹੀ ਆ। ਹਾਂ, ਅਕਾਲ ਤਖ਼ਤ ਪਹਿਲਾਂ ਤਾਂ ਇੰਡੀਅਨ ਗੌਰਮੈਂਟ ਦੇ ਥੱਲੇ ਆ। ਹਾਂ, ਫਿਰ ਦੂਜਾ ਉਹ ਆ ਵੀ ਆਪਣਾ ਬਾਦਲਾਂ ਦੇ ਥੱਲੇ ਆ, ਬਾਦਲਾਂ ਦਾ ਗੁਲਾਮ ਹੈ। ਬਿਲਕੁਲ, ਬਾਦਲ ਆਰ ਐਸ ਐਸ ਦੇ ਗੁਲਾਮ ਨੇ। ਬਿਲਕੁਲ, ਇਨਡਾਇਰੈਕਟਲੀ ਉਹ ਵੀ ਆਰ ਐਸ ਐਸ ਦਾ ਸਭ ਕੋਈ ਗੁਲਾਮ ਹੈ। ਬਿਲਕੁਲ, ਜਿਹੜਾ ਤਾਣਾ ਬਣਾ ਇਹ ਆਰ ਐਸ ਐਸ ਨੇ ਸਰ ਆਪਣੇ ਕੰਟਰੋਲ 'ਚ ਕੀਤਾ, ਕੋਈ ਸ਼ੱਕ ਨਹੀਂ। ਅੱਜ ਤੱਕ ਜੇ ਸ਼੍ਰੋਮਣੀ ਕਮੇਟੀ ਨੇ ਕੋਈ ਐਸੀਆਂ ਕਿਤਾਬਾਂ ਛਾਪੀਆਂ ਨੇ ਜਿਨ੍ਹਾਂ ਦੇ ਵਿੱਚ ਸਿੱਖ ਗੁਰੂ ਸਾਹਿਬਾਨ ਦੀ ਔਰ ਸਿੱਖ ਇਤਿਹਾਸ ਦੀ ਇਹਨਾਂ ਨੇ ਅਜਿਹੀ ਤਈ ਫੇਰੀ ਹੈ, ਬਹੁਤ ਬੁਰੀ ਹਾਲਤ ਕੀਤੀ ਹੈ। ਬਿਲਕੁਲ, ਤੇ ਇਹੋ ਜਿਹੀ ਸੰਸਦ ਆਪਾਂ ਕੀ ਕਰਨੀ ਹੈ? ਪਤਾ ਨਹੀਂ, ਮੈਨੂੰ ਤਾਂ ਆਪ ਮੈਂ ਹੈਰਾਨ ਹੋ ਜਾਂਦਾ ਵੀ ਸਾਡੀ ਕੌਮ ਕਿਹੜੀ ਸੰਸਦ ਲੱਭਦੀ ਫਿਰਦੀ ਹੈ। ਬਿਲਕੁਲ, ਪਹਿਲਾਂ ਕੌਮ ਤਾਂ ਬਣ ਜਾਓ, ਗੱਲਾਂ ਤੁਸੀਂ ਕਬਾਇਲੀਆਂ ਵਾਲੀਆਂ ਕਰਨ ਡੇ ਜੇ, ਤੇ ਕਬਾਇਲੀ ਲੋਕ ਸੰਸਦਾਂ ਵੀ ਬਣਾਈ ਫਿਰਦੇ ਨੇ, ਸੰਸਦ ਬਣਾਈ ਫਿਰਦੇ ਆ, ਹੈ ਕਿਸ ਸੰਸਦ ਦੀ ਗੱਲ ਕਰ ਰਹੇ ਹਾਂ ਅਸੀਂ ਹੁਣ? ਆਹ ਜਿਹੜਾ ਇੱਕ ਜੋਕਰ ਨਵਾਂ ਖੜਾ ਕਰ ਦਿੱਤਾ ਤੁਹਾਡੇ ਸਾਹਮਣੇ, ਦੀ ਕੀ ਯੋਗਤਾ ਜੀ ਇਸ ਬੰਦੇ ਦੀ? ਕੀ ਇਹਦੀ ਕੋਈ ਹੈ ਵਿੱਦਿਅਕ ਯੋਗਤਾ, ਜਾਂ ਇਹ ਬੜਾ ਇੰਟਲੈਕਚੁਅਲ ਕਿਸਮ ਦਾ ਬੰਦਾ ਹੈ, ਬੜੀ ਇਹਦੀ ਇਹਦਾ ਸਰਵੇਖਣ ਹੈ ਜੀ ਬਾਹਰਲਿਆਂ ਦੇਸ਼ਾਂ ਦਾ, ਇਹਨੇ ਵਿਧਾਨ ਪੜਿਆ ਵਾ? ਕਿਸ ਦੀ ਗੱਲ ਕਰ ਰਹੇ? ਇਹ ਨਵਾਂ ਜਿਹੜਾ ਆਪਣਾ ਪ੍ਰਧਾਨ, ਇਹਨਾਂ ਪ੍ਰਧਾਨ ਪ੍ਰਧਾਨ ਨੂੰ ਤਾਂ ਛੱਡੋ, ਜਿਹੜੇ ਸਾਡੇ ਜਥੇਦਾਰ ਨੇ ਉਹਨਾਂ ਦਾ ਧਾਰਮਿਕ ਗਿਆਨ ਇੰਨਾ, ਉਹਨਾਂ ਦਾ ਅਥਾਹ ਹੋਣਾ ਚਾਹੀਦਾ ਦੂਜਿਆਂ ਕੌਮਾਂ ਦਾ। ਜੇ ਤੁਸੀਂ ਹੁਣ ਇੱਥੋਂ ਤੇ ਆਪਣੇ ਪ੍ਰੀਸਟ ਵੇਖ ਲਓ, ਮਿਨੀਮਮ ਜਿਹੜੀ ਉਹਨਾਂ ਦੀ ਕੁਆਲੀਫਿਕੇਸ਼ਨ ਆ ਉਹ BD ਆ। ਬਿਲਕੁਲ, ਬੈਚਲਰ ਆਫ ਡਿਵਿਨਿਟੀ। ਇਹਨਾਂ ਦੀ ਬਸ ਇਹੋ ਹੀ ਆ ਵੀ ਇਹਨਾਂ ਨੂੰ ਖੰਡ ਪਾਠ ਹੁੰਦਾ, ਹੋਰ ਇਹਨਾਂ ਦੀ ਕੋਈ ਕੁਆਲੀਫਿਕੇਸ਼ਨ ਨਹੀਂ। ਇਹ ਧਰਮ ਨੂੰ ਇੰਨਾ ਮਿਸਇੰਟਰਪ੍ਰੈਟ ਕਰਦੇ ਆ ਵੀ ਇਹਨਾਂ ਨੂੰ ਪਤਾ ਹੀ ਨਹੀਂ। ਇਹ ਆਮ ਬੰਦੇ ਦੀ ਜਿਹੜੀ ਨੌਲੇਜ ਆ ਧਰਮ ਦੀ, ਇਹਨਾਂ ਤੋਂ ਕਿਤੇ ਜ਼ਿਆਦਾ। ਇੱਕ ਦਿਨ ਤੁਸੀਂ ਮੇਰੇ ਨਾਲ ਕੁਛ ਪਹਿਲਾਂ ਗੱਲ ਕਰਦੇ ਸੀ, ਕੋਈ ਬਾਦਲ ਉਹਨਾਂ ਰਿਸ਼ਤੇਦਾਰ ਆ, ਕੀ ਨਾਮ ਮੈਂ ਭੁੱਲ ਗਿਆ। ਹਾਂਜੀ, ਮੈਂ ਤੁਹਾਨੂੰ ਉਹ ਆਪਾਂ ਆਉਣੇ ਆ। ਹਾਂਜੀ, ਵੀ ਇਹ ਜਿਹੜੀ ਇੱਕ ਚਲੋ ਲਿਫਾਫੇ 'ਚ ਜਿਹੜੇ ਬੰਦੇ ਨਿਕਲੇ ਇਹਨਾਂ ਦੇ ਅਤੇ ਓਪੋਜੀਸ਼ਨ ਦੇ ਵਿੱਚ ਜਿਹੜੇ ਆਪ ਸਰਦਾਰ ਅਮਰੀਕ ਸਿੰਘ ਸ਼ਾਹਪੁਰੀ ਖੜ੍ਹੇ ਹੋਏ ਸੀਗੇ, ਉਹ 15 ਵੋਟਾਂ ਨਾਲ ਵਿਚਾਰੇ ਉਹ ਸਾਰੇ ਉਹਨਾਂ ਨੂੰ ਮਿਲੀਆਂ ਨੇ। ਹਾਂਜੀ, ਬੰਦਿਆਂ ਦਾ ਇੱਕ ਤਾਂ ਜਵਾਨ ਹੈ ਨਹੀਂ, ਪਹਿਲਾਂ ਬੰਦੇ ਨਾਲ ਕਈ ਤੁਰੇ ਫਿਰਦੇ ਸੀਗੇ, 40-40 ਬਾਅਦ ਦੇ ਵਿੱਚ ਉਹ ਵੀ ਤਬਾਦਲੇ ਆ ਗਏ, ਉਹ ਵੀ ਵੋਟਾਂ ਉਹਨਾਂ ਵੀ ਨਾਲ ਪਾਈਆਂ। ਪਰ ਇੱਥੇ ਕੁਝ ਤੱਥ ਜਿਹੜੇ ਸਾਹਮਣੇ ਆਉਂਦੇ ਆ, ਕਾਫੀ ਮੈਂਬਰ ਐਬਸੈਂਟ ਵੀ ਰਹੇ ਆ ਜਿਹੜੇ ਮੈਨੂੰ ਲੱਗਦਾ ਵੀ ਇਸ ਫੈਸਲੇ ਦੇ ਨਾਲ ਖੁਸ਼ ਨਹੀਂ ਸੀਗੇ। ਉਹ ਤਕਰੀਬਨ 10-12 ਜਿਹੜੇ ਮੈਂਬਰ ਨੇ ਉਹ ਐਬਸੈਂਟ ਰਹੇ ਆ ਇਹਨਾਂ ਬਦਲਾਉਣਾ ਦੇ। ਅੱਛਾ, ਅਤੇ ਕੁਝ ਵਿਰੋਧ ਤਾਂ ਹੋ ਰਿਹਾ ਪਰ ਅਜੇ ਵੀ ਲੋਕਾਂ ਨੂੰ ਪਤਾ ਨਹੀਂ ਕਿਉਂ ਸਹਿਮੇ ਪਏ ਨੇ, ਕੋਈ ਸਾਹਮਣੇ ਨਹੀਂ ਆ ਰਹੇ, ਡਟ ਕੇ ਨਹੀਂ ਆ ਰਹੇ। ਜਿਸ ਤਰ੍ਹਾਂ ਸਰਦਾਰ ਸੁਖਦੇਵ ਸਿੰਘ ਭੋਰ ਉਹਨਾਂ ਨੇ ਬਿੜਾ ਚੁੱਕਿਆ ਔਰ ਸਾਹਮਣੇ ਆਏ ਆ, ਉੱਦਾਂ ਤਾਂ ਬੰਦੇ ਪੰਥਕ ਸੋਚ ਵਾਲੇ ਬਹੁਤ ਘੱਟ ਨੇ ਆ ਜੀ ਜਿਹੜੇ ਨਹੀਂ ਸਾਹਮਣੇ ਨਹੀਂ ਆ ਰਹੇ। ਅਤੇ ਗੱਲ ਆਪਾਂ ਕਰ ਰਹੇ ਸੀਗੇ ਵੀ ਇੱਕ ਸੀਨੀਅਰ ਮੀਤ ਪ੍ਰਧਾਨ ਆ ਰਘੁਜੀਤ ਸਿੰਘ ਵਿਰਕ, ਉਹ ਕਈ ਸਾਲਾਂ ਤੋਂ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਬਣਦਾ ਆ ਰਿਹਾ, ਹੋਰੇ ਸਾਰਿਆਂ ਨੂੰ ਬਦਲ ਦਿੰਦੇ ਪਰ ਉਹਨੂੰ ਉੱਥੇ ਰੱਖਿਆ। ਔਰ ਜਾਣਕਾਰ ਸੂਤਰਾਂ ਤੋਂ ਇਹ ਪਤਾ ਲੱਗਾ ਵੀ ਉਹ ਬਾਦਲ ਹੋਣਾ ਦਾ ਰਿਸ਼ਤੇਦਾਰ ਆ, ਉਹਦੇ ਰਾਹੀਂ ਇਹਨਾਂ ਨੇ ਕਈ ਟਰੱਸਟ ਬਣਾ ਕੇ ਔਰ ਸ਼੍ਰੋਮਣੀ ਕਮੇਟੀ ਦੀ ਜਿਹੜੀ
ਪ੍ਰੋਪਰਟੀ ਆ ਕਾਫੀ ਹੜੱਪ ਕੀਤੀ ਆ ਜਿਹਦਾ ਕੁਝ ਆਪਣਾ ਕਿਸੇ ਹੱਦ ਤੱਕ ਜਿਹੜਾ ਚਰਚਾ ਉਹ ਆਪਣੇ ਟਪਾਲੀ ਹੁਣੀ ਵੀ ਕਰ ਚੁੱਕੇ ਆ ਔਰ ਪਬਲਿਕ ਚ ਆਉਂਦੀ ਆ। ਇਸ ਤਰੀਕੇ ਦੇ ਨਾਲ ਫਿਰ ਇਹਨਾਂ ਆਪਣੀ ਮਨਮਾਨੀ ਕੀਤੀਆਂ, ਇੱਕ ਉਹ ਸੈਕਟਰੀ ਰੱਖਿਆ ਸੀ ਉਹਨੂੰ 3 ਲੱਖ ਰੁਪਇਆ ਮਹੀਨਾ ਉਹਨੂੰ ਤਨਖਾਹ ਦਿੰਦੇ ਸੀਗੇ, ਕਾਫੀ ਇਹਨਾਂ ਲੁੱਟ ਮਚਾਈ ਆ। ਔਰ ਇਹ ਜਦੋਂ ਬਠਿੰਡੇ ਦੇ ਵਿੱਚ ਇਲੈਕਸ਼ਨ ਹੋਏ ਆ ਉਹ ਧਾਰਮਿਕ ਸਥਾਨ ਜਿੰਨੇ ਵੀ ਸੀਗੇ ਨੰਨੀ ਸ਼ਾਮ ਬੀਬੀ ਨੂੰ ਆਪਣਾ ਇਲੈਕਸ਼ਨ ਜਿਤਾਉਣ ਵਾਸਤੇ ਉੱਥੇ ਇਹਨਾਂ ਨੇ ਚੈੱਕ ਵੀ ਇਸ਼ੂ ਕੀਤੇ ਆ, ਕਈ ਕੁਝ ਇਸ ਤਰ੍ਹਾਂ ਦੇ ਨਾਲ ਇਹ ਬੜੇ ਘੁਟਾਲੇ ਹੁੰਦੇ ਆ। ਔਰ ਸ਼੍ਰੋਮਣੀ ਕਮੇਟੀ ਦੀ ਗੋਲਕ ਪੂਰੀ ਤਰ੍ਹਾਂ ਲੁੱਟੀ ਜਾ ਰਹੀ ਆ। ਆਪਾਂ ਨੂੰ ਚਲੋ ਲੋਕ ਗੋਲਕ ਦੀ ਵੀ ਗੱਲ ਕਰਦੇ ਆ ਪਰ ਆਪਾਂ ਨੂੰ ਗੋਲਕ ਦੇ ਨਾਲ ਸਿਧਾਂਤਾਂ ਨਾਲ ਜ਼ਿਆਦਾ ਸੰਬੰਧ ਆ। ਹਾਂਜੀ, ਗੋਲਕ ਲੁੱਟੀ ਜਾਂਦੀ ਆ, ਸਿਧਾਂਤ ਜਿਸ ਤਰ੍ਹਾਂ ਲੁੱਟੇ ਜਾ ਰਹੇ ਆ ਉਹ ਚਿੰਤਾ ਵਾਲੀ ਗੱਲ ਉਹ ਹੋਇਆ। ਨਹੀਂ ਵੇਖੋ ਗੱਲਾਂ ਤਾਂ ਇੰਟਰ ਰਿਲੇਟਡ ਨੇ ਨਾ। ਹਾਂਜੀ, ਗੋਲਕ ਤੋਂ ਭਾਵ ਹੈਗਾ ਵਾ ਸੋਰਸਸ, ਹਾਂਜੀ ਮਾਇਆ, ਵੀ ਜਦੋਂ ਵੀ ਤੁਸੀਂ ਕਿਸੇ ਸਿਧਾਂਤ ਦਾ ਪ੍ਰਚਾਰ ਕਰਨਾ ਹੈ ਤੁਹਾਨੂੰ ਰਿਸੋਰਸਸ ਚਾਹੀਦੇ ਨੇ, ਮਾਇਆ ਤਾਂ ਚਾਹੀਦੀ ਹੈ। ਹੁਣ ਗੁਰੂ ਸਾਹਿਬਾਨ ਦੇ ਜਿਹੜੇ ਮਸੰਦ ਥਾਪਣੇ ਸਨ ਉਹਦਾ ਕਾਰਨ ਇਹੋ ਹੀ ਸੀ ਵੀ ਅਲੱਗ ਅਲੱਗ ਇਲਾਕਿਆਂ 'ਚ ਪ੍ਰਚਾਰ ਜਾਂ ਜੋ ਉੱਥੋਂ ਵੀ ਮਾਇਆ ਆਉਂਦੀ ਹੈ ਇੱਕ ਜਗ੍ਹਾ 'ਤੇ ਇਕੱਠੀ ਕਰਕੇ ਉਹ ਸਾਂਝੇ ਰੂਪ 'ਚ ਵਰਤੀ ਜਾ ਸਕੇ। ਬਿਲਕੁਲ, ਜਿਵੇਂ ਲਾਹੌਰ ਦੇ ਕਾਲ ਵੇਲੇ ਵਰਤੀ ਗਈ। ਹਾਂਜੀ, ਸੋ ਇਹ ਰਿਸੋਰਸਸ ਹੀ ਸਿਧਾਂਤ ਦਾ ਪ੍ਰਚਾਰ ਕਰਨ ਵਾਸਤੇ ਸਹਾਈ ਹੁੰਦੇ ਨੇ। ਹੁਣ ਤੁਹਾਡਾ ਜਿਹੜਾ ਸ਼੍ਰੋਮਣੀ ਕਮੇਟੀ ਦਾ 1100 ਕਰੋੜ ਦਾ ਬਜਟ ਪੰਜਾਬ ਗਵਰਨਮੈਂਟ ਜਿੰਨਾ ਬਜਟ ਆ ਪਿਛਲੇ ਸਾਲਾਂ ਦਾ, ਹੁਣ ਪਿਛਲੇ 1100 ਕਰੋੜ ਦਾ ਮੇਰੇ ਖਿਆਲ 16 ਦਾ ਸ਼ਾਇਦ, ਮੈਂ ਕਨਫਰਮ ਨਹੀਂ, ਸੋਤੇ ਦੇਖ ਲੈਣਗੇ। 1100 ਕਰੋੜ ਤੁਸੀਂ ਕੀ ਦਿੱਤਾ, ਇਹਦੇ ਵਿੱਚ ਤੁਹਾਡੇ ਖਰਚੇ ਕੀ ਨੇ? ਅੱਧਾ 50% ਗੁਰਦੁਆਰਿਆਂ ਦੀ ਰੀਉਸਾਰੀ 'ਤੇ ਲਾ ਦਿੰਦੇ ਨੇ, ਰੀਕੰਸਟਰਕਸ਼ਨ ਦੁਬਾਰਾ ਉਹਨਾਂ ਦੇ ਉੱਤੇ ਰੀਕੰਸਟਰਕਸ਼ਨ ਇਹ ਨਹੀਂ ਕਰਦੇ, ਰੀਕੰਸਟਰਕਸ਼ਨ ਇਹ ਦਿੰਦੇ ਠੇਕੇ ਕਾਰ ਸੇਵਾ ਬਾਬੇ ਵਾਲਿਆਂ ਬਾਬਿਆਂ ਨੂੰ, ਮਤਲਬ ਇੰਜੀਨੀਅਰ, ਧਾਰਮਿਕ ਇੰਜੀਨੀਅਰ। ਹਾਂ, ਕਾਰ ਸੇਵਾ ਵਾਲੇ ਬਾਬਿਆਂ ਨੂੰ ਵੀ ਜੇ ਮਲੀਆ ਮੇਟ ਕਰਾਉਣਾ ਨਾ ਸਿੱਖ ਇਤਿਹਾਸ ਦਾ, ਉਹ ਵਧੀਆ ਕਰ ਸਕਦੇ ਆ। ਉਹ ਜਿੱਥੇ ਜਿੱਥੇ ਇਤਿਹਾਸਕ ਯਾਦਗਾਰਾਂ ਨੇ ਉਹਨਾਂ ਨੂੰ ਮਲੀਆ ਮੇਟ ਕਰਨ ਦੇ ਲਈ ਉੱਥੇ ਉਹ ਪੱਧਰਾ ਕਰਕੇ ਅਤੇ ਉੱਥੇ ਸੰਗਮਰਮਰ ਉਹ ਜੜ ਦਿੰਦੇ ਜਾਂ ਸੋਨਾ ਜੜ ਦਿੰਦੇ। ਸੋ ਇਹ ਅਸਲ ਦੇ ਵਿੱਚ ਕਿੰਨਾ ਮਿਸਯੂਜ਼, ਜਿੱਥੇ ਗੁਰਮਤ ਦਾ ਸਿਧਾਂਤ ਦੀ ਬੇਅਦਬੀ ਹੋ ਰਹੀ ਹੈ ਉਹ ਤਾਂ ਹੈ। ਹਾਂਜੀ, ਪਰ ਜਿਹੜੇ ਰਿਸੋਰਸਸ ਨੇ, ਭਾਵੇਂ ਉਹ ਰਿਸੋਰਸਸ ਮਾਇਆ ਦੇ ਰੂਪ 'ਚ ਹੈ, ਭਾਵੇਂ ਉਹ ਅਲੱਗ ਅਲੱਗ ਗੁਰਦੁਆਰਿਆਂ ਦੇ ਰੂਪ ਦੇ ਵਿੱਚ, ਪਲੇਟਫਾਰਮ ਦੇ ਰੂਪ ਦੇ ਵਿੱਚ ਆ ਜੀ, ਉਹਨਾਂ ਦੀ ਰੱਜ ਕੇ ਦੁਰਵਰਤੋਂ ਹੋ ਰਹੀ ਹੈ। ਜੇ ਇਹੋ ਹੀ ਸ਼੍ਰੋਮਣੀ ਕਮੇਟੀ ਸਾਡੀ ਆਜ਼ਾਦ ਹੋਵੇ, ਇਹੋ ਹੀ ਸ਼੍ਰੋਮਣੀ ਕਮੇਟੀ ਦੇ ਜਿਹੜੇ ਰਿਸੋਰਸਸ ਨੇ, ਅਸੀਂ ਆਪਣਾ ਕੋਈ ਆਜ਼ਾਦ ਮੀਡੀਆ, ਅੱਜ ਮੀਡੀਏ ਦਾ ਯੁੱਗ ਆ, ਤੁਹਾਡਾ ਆਜ਼ਾਦ ਮੀਡੀਆ ਹੋਵੇ ਤੁਹਾਡੀ ਹਵਾਲ ਨਹੀਂ ਕੋਈ ਵੇਖ ਸਕਦਾ। ਬਿਲਕੁਲ, ਦੁਨੀਆ ਦੇ ਕੋਨੇ ਕੋਨੇ 'ਚ ਚੱਲੇ ਤੁਹਾਡਾ ਆਜ਼ਾਦ ਮੀਡੀਆ। ਨਾਲੇ ਦੂਜੀ ਗੱਲ ਇਹ ਆ ਵੀ ਵੇਖੋ ਵੀ 14 ਕਰੋੜ ਸਿੱਖ ਹੋਰ ਆ ਬਾਹਰ ਬੈਠਾ। ਸ਼੍ਰੋਮਣੀ ਕਮੇਟੀ ਦੀ ਮੋਰਲ ਡਿਊਟੀ ਬਣਦੀ ਆ ਵੀ ਉਹਨਾਂ ਦੀ ਪਾਲਣਾ ਕਰਨੀ। ਬਾਹਰੋਂ ਸਿੱਖ ਇੰਨੇ ਯਤਨ ਕਰਕੇ ਵਿਚਾਰੇ ਆਪਣੇ ਲਿਮਿਟਡ ਸੋਰਸ ਦੇ ਨਾਲ ਆਪਣੇ ਪਰਿਵਾਰਾਂ ਦੇ ਵਿੱਚੋਂ ਦਸਵੰਧ ਕੱਢ ਕੇ ਜਾਂ ਜਿੰਨਾ ਵੀ ਉਹ ਆਪਣਾ ਅਫੋਰਡ ਕਰ ਸਕਦੇ ਆ ਉਹਦੇ ਹਿਸਾਬ ਨਾਲ ਆਪਣੇ ਪੈਸੇ ਉਹ ਕਰਕੇ ਵਿਚਾਰੇ ਉਹ ਇੰਨਾ ਕੰਮ ਕਰ ਰਹੇ ਆ। ਇਹ ਸ਼੍ਰੋਮਣੀ ਕਮੇਟੀ ਦੀ ਡਿਊਟੀ ਬਣਦੀ ਆ ਵੀ ਉਹਨਾਂ ਦੀ ਲੁੱਕ ਆਫਟਰ ਕਰੇ, ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ। ਔਰ ਵੇਖ ਕੇ ਰੋਣ ਆਉਂਦਾ ਵੀ ਜਿਸ ਹਾਲਾਤ ਦੇ ਵਿੱਚ ਉਹ ਰਹਿ ਰਹੇ ਆ, ਝੁੱਗੀਆਂ ਦੇ ਵਿੱਚ ਬਿਲਕੁਲ ਉੱਤੇ ਤਰਪਾਲਾਂ ਪਾ ਕੇ ਬਿਲਕੁਲ, ਹਾਂਜੀ ਜਾਂ ਆਪਣੀਆਂ ਚਾਦਰਾਂ ਪਾ ਕੇ ਬਿਲਕੁਲ ਕਈ ਕੁਝ ਪਾ ਕੇ ਤੇ ਉਹ ਵਿਚਾਰੇ ਆਪਣੇ ਰਹਿ ਰਹੇ ਜਿਸ ਹਾਲਾਤ ਦੇ ਵਿੱਚ ਉਹ ਰਹਿ ਰਹੇ ਆ ਵੀ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਵੀ ਇਹ ਕਹਿੰਦੇ ਸਿੱਖ ਕੌਮ ਜੀ ਬੜੀ ਅਮੀਰ ਆ। ਉੱਥੋਂ ਪਤਾ ਲੱਗਦਾ ਵੀ ਆਪਾਂ ਕਿੰਨੇ ਕੁ ਅਮੀਰ ਹਾਂ। ਉਹ ਮੈਨੂੰ ਤੁਹਾਡੀ ਗੱਲ ਯਾਦ ਹੈ ਅਜੇ ਤੱਕਰ ਵੀ, ਬਾਬਾ ਪ੍ਰਾਣੀ ਤੁਸੀਂ ਸੁਣਾਈ ਸੀ ਵੀ ਇੱਕ ਵਾਰ ਹਰਭਜਨ ਸਿੰਘ ਜੋਗੀ ਮਿਲਿਆ ਤੁਹਾਨੂੰ, ਤੁਹਾਡੇ ਗੁਰਦੁਆਰੇ ਆਇਆ। ਹਾਂਜੀ ਹਾਂ, ਤੇ ਉਹਨੇ ਮੁੰਦਰੀਆਂ ਪਾਈਆਂ ਸਨ, ਮੁੰਦਰੀਆਂ ਪਾਈਆਂ
ਤੇ ਜਿਹੜੀ ਉਹਨੇ ਕਿਰਪਾਨ ਫੜੀ ਉਹ ਵੀ ਹੀਰਿਆਂ ਨਾਲ ਜੜਤ। ਅੱਛਾ ਹਾਂਜੀ ਹਾਂਜੀ। ਤੇ ਬੜੀਆਂ ਗੱਲਾਂ ਕਰੇ ਮੈਂ ਉਦੋਂ, ਕਾਫੀ ਥੋੜ੍ਹੀ ਉਮਰ ਹੁੰਦੀ ਸੀ ਇੰਨੀ, ਪੁਰਾਣੀ ਗੱਲ ਆ ਕਾਫੀ ਹੈ। ਅੱਛਾ ਜੀ। ਤੇ ਮੈਂ ਉਹਨੂੰ ਸਵਾਲ ਪੁੱਛਾਂ ਤੇ ਮੈਨੂੰ ਜਿਹੜੇ ਬਹੁਤੇ ਬਜ਼ੁਰਗ ਕਮੇਟੀ ਵਾਲੇ ਪੁੱਛਣ ਨਾ ਦੇਣ ਵੀ ਨਹੀਂ ਨਹੀਂ ਰਹਿਣ ਦੇ ਰਹਿਣ ਦੇ। ਮੈਂ ਉਹਨੂੰ ਕਿਹਾ ਵੀ ਤੁਸੀਂ ਆ ਇੰਨੀਆਂ ਮੁੰਦਰੀਆਂ ਮੁੰਦਰੀਆਂ ਪਈਆਂ ਵੀ ਕੀ ਹੈ, ਨਾਲੇ ਤੁਸੀਂ ਯੋਗੀ ਆਪਣੇ ਦੇ ਨਾਂ ਨਾਲ ਆਇਆ, ਇਹ ਗੱਲ ਕੀ ਆ? ਉਹ ਪੈਂਦੇ ਮੈਨੂੰ ਕਹਿੰਦਾ ਜੀ ਅਸੀਂ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਹਾਂ ਜੀ। ਹਾਂਜੀ ਸਾਹਿਬਜ਼ਾਦੇ, ਸਾਡਾ ਬਾਦਸ਼ਾਹ ਦਾ ਬਾਦਸ਼ਾਹ ਸਾਡਾ ਗੁਰੂ, ਤੇ ਅਸੀਂ ਗਰੀਬਾਂ ਵਰਗ ਰਹੀਏ, ਕੰਗਾਲਾਂ ਵਰਗ ਰਹੀਏ। ਮੈਂ ਫਿਰ ਉਹਨੂੰ ਇਹੋ ਜਵਾਬ ਦਿੱਤਾ ਵੀ ਪਿੰਡਾਂ ਜਿਹੜੀ ਵਿਚਾਰੀ ਗਰੀਬ ਜਨਤਾ, ਉਹ ਵੀ ਤਾਂ ਸਾਹਿਬਜ਼ਾਦੇ ਨੇ, ਕਈਆਂ ਦੇ ਪੈਰਾਂ 'ਚ ਪਾਉਣ ਵਾਸਤੇ ਜੁੱਤੀਆਂ ਵੀ ਹੈ ਨਹੀਂ, ਬੀਬੀਆਂ ਦੇ ਸਿਰਾਂ 'ਤੇ ਚੁੰਨੀਆਂ ਹੈ ਨਹੀਂ, ਪਾਟੇ ਪੁਰਾਣੇ ਕੱਪੜੇ ਪਾਈ ਫਿਰਦੇ ਆ, ਉਹ ਤੁਸੀਂ ਬਹੁਤੇ ਲਾਡਲੇ ਸਾਹਿਬਜ਼ਾਦੇ, ਉਹ ਸਾਹਿਬਜ਼ਾਦੇ ਨਹੀਂ ਬਿਲਕੁਲ। ਫਿਰ ਉਹ ਭੱਜ ਗਿਆ। ਮਸਲਾ ਇਹੋ ਹੀ ਹੈ ਵੀ ਜਿਹੜਾ ਪੈਸਾ ਹੈ ਨਾ, ਜਾਂ ਜਿੰਨੇ ਵੀ ਰਿਸੋਰਸਿਸ ਨੇ, ਖਾਸ ਕਰਕੇ ਸ਼੍ਰੋਮਣੀ ਕਮੇਟੀ ਦੇ ਸੰਦਰਭ 'ਚ ਜਦੋਂ ਅਸੀਂ ਸੋਚਦੇ ਹਾਂ, ਜੇ ਇਹਨਾਂ ਦੀ ਵਰਤੋਂ ਸਹੀ ਜਗ੍ਹਾ 'ਤੇ ਹੋ ਜਾਏ ਨਾ, ਬਿਲਕੁਲ, ਤਾਂ ਸਾਡੀ ਜਿਹੜੀ ਆਜ਼ਾਦੀ ਦੀ ਤੁਸੀਂ ਗੱਲ ਕਰਦੇ, ਜੇ ਆਜ਼ਾਦੀ ਬੰਦਾ ਵਿਚਾਰਕ ਤੌਰ 'ਤੇ ਪਹਿਲਾਂ ਹੁੰਦਾ ਹੁੰਦਾ ਆਜ਼ਾਦ, ਅਸੀਂ ਮਾਨਸਿਕ ਤੌਰ 'ਤੇ ਗੁਲਾਮ, ਮਾਨਸਿਕ ਤੌਰ 'ਤੇ ਗੁਲਾਮ ਜਿਹੜੇ ਲੋਕ ਨੇ, ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਕਿਹੜੇ ਮੂੰਹ ਨਾਲ ਖਾਲਿਸਤਾਨ ਦਾ ਨਾਰਾ ਲਾ ਦਿੰਦੇ ਨੇ। ਮਾਨਸਿਕ ਤੌਰ 'ਤੇ ਗੁਲਾਮ ਲੋਕ ਆਜ਼ਾਦ ਆਪਣਾ ਇੱਕ ਜਗ੍ਹਾ ਦੀ ਗੱਲ ਕਰਨਗੇ। ਤੁਸੀਂ ਹੁਣੇ ਗੱਲ ਕਰਕੇ, ਹੁਣੇ ਗੱਲ ਕਰਕੇ ਭਾਈ ਰਣਜੀਤ ਸਿੰਘ ਦੀ ਹਟੇ ਹੈ ਵੀ ਭਾਈ ਰਣਜੀਤ ਸਿੰਘ ਜਿਹੜੀ ਸਮਾਜਿਕ ਸ਼ੋਸ਼ਣ ਦੀ ਗੱਲ ਹੈ, ਉਹ ਉਹਦਾ ਅਰਥ ਹੀ ਹੋਰ ਕਰਕੇ ਉਸ ਸ਼ਬਦ ਦੇ, ਜੇ ਰਤ ਪੀਵੇ ਮਾਨਸਾ। ਹਾਂਜੀ। ਅਤੇ ਇਸ ਤਰੀਕੇ ਦੇ ਨਾਲ ਇਹ ਇਹਨਾਂ ਨੇ ਸਾਧਾ ਨੇ ਗੁਰਬਾਣੀ ਦਾ ਜਿਹੜਾ ਇਨਕਲਾਬੀ ਪੱਖ ਸੀ ਨਾ, ਉਹ ਮਾਰਤਾ, ਉਹਨੂੰ ਦਬਾ ਦਿੱਤਾ, ਦਬਾ ਦਿੱਤਾ, ਉਹਨੂੰ ਦਬਾਉਣਾ ਚਾਹੁੰਦੇ ਆ ਬਿਲਕੁਲ, ਹੋਰ ਹੀ ਲੋਕਾਂ ਨੂੰ ਭੰਬਲ ਭੂਸਿਆਂ 'ਚ ਕਹਾਣੀਆਂ 'ਚ ਪਾ ਕੇ, ਅਤੇ ਉਹ ਜਿਹੜਾ ਜਥੇਦਾਰ ਹੈ ਉਹ ਵੀ ਆਪਣਾ ਸਾਧਾ ਦਾ ਚੇਲਾ। ਬਿਲਕੁਲ ਜੀ ਬਿਲਕੁਲ ਨਾ, ਉਹ ਅਸਲ ਦੇ ਵਿੱਚ ਉਹ ਖੜੇ ਜਿਹੜੀ ਸਟੇਜ 'ਤੇ ਨੇ ਨਾ, ਹਾਂਜੀ, ਮਹਾਨ ਰੂਹਾਨੀ ਗੁਰਮਤਿ ਸਮਾਗਮ, ਸਾਰੇ ਹਰੀ ਸਿੰਘ ਰੰਧਾਵੇ ਵਾਲਾ ਜਾਂ ਜਿੰਨੇ ਚਿੱਟ ਕੱਪੜੀਏ ਨੇ, ਚਿੱਟੀ ਸਿਉਂਕ ਸਾਰੀ ਉੱਥੇ ਬੈਠੀ ਹੈ, ਉਹਨਾਂ ਦੇ ਵਿੱਚ ਇਹੋ ਹੀ ਵਿਸ਼ਾ, ਹਾਲਾਂਕਿ ਇਹਨਾਂ ਨੇ ਜਿਹੜੀ ਇਹਨਾਂ ਨੇ ਸੇਵਾ ਕੀਤੀ ਹੈ ਉਹਨੂੰ ਮੁੱਖ ਰੱਖ ਕੇ ਗੱਲ ਕਰਨ। ਬਿਲਕੁਲ। ਵੀ ਉੱਥੇ ਜਾ ਕੇ ਕੇਵਲ ਕੁੱਕੜ ਅਧਿਕਾਰਾਂ ਦੀ ਗੱਲ ਯਾਦ ਆਈ ਤੁਹਾਨੂੰ, ਉੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਨਹੀਂ ਹੋਈ, ਜਾ ਕੇ ਇਹਨਾਂ ਨੂੰ ਬਾਬਿਆਂ ਨੂੰ ਮਾੜਾ ਜਿਹਾ ਹਲੂਣਾ ਦੇ ਦਿੰਦੇ ਵੀ ਬੰਦੇ ਦੇ ਪੁੱਤ ਬਣੋ, ਵੀ ਆਹ ਜਿਹੜੇ ਤੁਹਾਡੇ ਮਗਰ ਚਾਰ ਪੰਜ ਜਿਹੜੇ ਚਾਰ ਪੰਜ ਹਜ਼ਾਰ ਜਿੰਨੇ ਕੁ ਲੋਕ ਹੈ ਨੇ, ਇਹਨਾਂ ਨੂੰ ਸਹੀ ਡਾਇਰੈਕਸ਼ਨ ਦਿਓ। ਕਿਸੇ ਜਥੇਦਾਰ ਨੇ, ਜਥੇਦਾਰ ਬਹੁਤ ਜਾਂਦੇ ਆ, ਕੋਈ ਸੋਨੇ ਦਾ ਖੰਡਾ ਜਾ ਕੇ ਲਿਆਉਂਦਾ, ਕੋਈ ਉੱਥੇ ਮਾਇਆ ਦੇ ਆ ਆਪਣੇ ਲਿਫਾਫੇ ਭਰੇ ਲਿਆਉਂਦੇ ਆ, ਬਿਲਕੁਲ ਇਹਨਾਂ ਨੂੰ ਮਾਇਆ ਮਿਲਦੀ ਉੱਥੋਂ, ਇਹ ਤਾਂ ਹੀ ਉਹਨਾਂ ਦੀ ਬੋਲੀ ਬੋਲਦੇ ਆ। ਕਿਸੇ ਨੇ ਅੱਜ ਤੱਕ ਰਹਿਤ ਮਰਿਆਦਾ ਦੀ ਗੱਲ ਨਹੀਂ ਕੀਤੀ ਵੀ ਭਾਈ ਆਪਣੇ ਡੇਰਿਆਂ 'ਚ ਨਿਸ਼ਾਨ ਸਾਹਿਬ ਲਾਓ, ਇੱਥੇ ਰਹਿਤ ਮਰਿਆਦਾ ਲਾਗੂ ਕਰੋ। ਹਾਂਜੀ, ਕਦੀ ਇਹ ਗੱਲ ਨਹੀਂ ਕਰਨਗੇ ਸਟੇਜ ਦੇ ਉੱਤੇ। ਇਹ ਆਪਣਾ ਹੁਣ ਜਿਹੜੇ ਅਗਲੇ ਵਿਸ਼ੇ ਹੋਣੇ ਉਹਦੇ 'ਚ ਆਪਾਂ ਕਵਰ ਕਰ ਲੈਣਾ ਸਾਰਾ, ਕਿਉਂਕਿ ਇਹਨਾਂ ਨੇ ਗਾਂਹ ਜਾ ਕੇ ਗੱਲ ਮਰਿਆਦਾ ਦੀ, ਰਹਿਤਨਾਮਿਆਂ ਦੀ ਬੜਾ ਕੁਝ ਕੀਤਾ ਹੈ। ਭਾਈ ਰਣਜੀਤ ਸਿੰਘ ਦੀ ਅਸੀਂ ਜਿਹੜੀ ਉਹਨਾਂ ਕੁਰਬਾਨੀ ਕੀਤੀ ਹੈ ਉਹਦੀ ਕਦਰ ਕਰਦੇ ਹਾਂ, ਪਰ ਜਿਹੜਾ ਕੁਰਬਾਨੀ ਕਰਨ ਵਾਲਾ ਬੰਦਾ ਜੇ ਉਹਦਾ ਮੁੱਲ ਵੱਟਣਾ ਚਾਹੇ ਤੇ ਉਹ ਤਾਂ ਫਿਰ ਕੁਰਬਾਨੀ ਕੀਤੀ ਜਾਂ ਨਾ ਕੀਤੀ ਕੋਈ ਬਰਾਬਰ ਹੈ, ਬਰਾਬਰ ਹੋ ਜਾਂਦੀ। ਬਿਲਕੁਲ। ਤੇ ਉਹਨਾਂ ਨੇ ਭਾਈ ਰਣਜੀਤ ਸਿੰਘ ਹੋਣਾ ਨੇ ਵੀ ਕਾਫੀ ਗਲਤੀਆਂ ਕੀਤੀਆਂ ਨੇ। ਟੋੜੇ ਇੱਕ ਵਾਰੀ ਜਥੇਦਾਰ ਟੋੜਾ ਹੁਣੇ ਪ੍ਰਧਾਨ ਸੀ, ਉਹ ਇਹਨਾਂ ਨੂੰ ਬਣਾਉਣ ਵਾਲੇ ਆ, ਕਿਉਂਕਿ ਇਹਨਾਂ ਨੂੰ ਜੇਲ੍ਹ ਚੋਂ ਛਡਾਉਣਾ ਸੀ, ਇਸ ਕਰਕੇ ਇਹਨਾਂ ਨੂੰ ਜਥੇਦਾਰ ਬਣਾਇਆ, ਬਣਾ ਕੇ ਲਿਆਂਦਾ। ਬਿਲਕੁਲ। ਹਾਂਜੀ। ਇੱਕ ਵਾਰੀ ਜਥੇਦਾਰ ਟੋੜੇ ਹੁਣੇ ਨਿਰੰਕਾਰੀ ਭਵਨ ਪਟਿਆਲੇ ਚਲੇ ਗਏ ਤੇ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਦੀ ਸ਼ਿਕਾਇਤ ਕਰਤੀ, ਕਿਉਂਕਿ ਵਿਰੋਧੀ ਸੀ ਆਪਸ ਵਿੱਚ, ਇੱਕ ਦੂਜੇ ਦੇ ਵਿਰੁੱਧ ਇਲੈਕਸ਼ਨ ਲੜਦੇ ਸੀ ਇਹ ਪਾਰਲੀਮੈਂਟ ਦੇ। ਅੱਛਾ। ਤੇ ਇਹ ਉਹਨਾਂ ਨੇ ਸ਼ਿਕਾਇਤ ਕਰਤੀ ਅਕਾਲ ਤਖ਼ਤ 'ਤੇ। ਹਾਂਜੀ। ਭਾਈ ਰਣਜੀਤ ਸਿੰਘ ਹੁਣੀ ਜਥੇਦਾਰ ਹੁੰਦੇ ਸੀਗੇ,
ਭਾਈ ਰਣਜੀਤ ਸਿੰਘ ਜਥੇਦਾਰ ਹੋਣਾ ਨੇ ਕਿਸੇ ਨੂੰ ਪੁੱਛਿਆ ਨਹੀਂ, ਕੋਈ ਜਿਹੜੀ ਪੰਚ ਪ੍ਰਧਾਨੀ ਪ੍ਰਣਾਲੀ ਕਹਿੰਦੇ ਆ ਜੀ, ਇਹੀ ਸਿੱਖਾਂ 'ਚ ਪੰਚ ਪ੍ਰਧਾਨੀ ਪ੍ਰਣਾਲੀ ਜਿਹੜੀ ਆ ਉਹ ਬੜੀ ਆਪਣੀ ਖਾਸ ਆ, ਵਿਸ਼ੇਸ਼ ਆ, ਅਸੀਂ ਉਹਦਾ ਬੜਾ ਆਦਰ ਕਰਦੇ ਹਾਂ ਵੀ ਪੰਜ ਜਿਹੜੇ ਪਾਂਡਵ ਬੈਠ ਕੇ ਜਿਹੜਾ ਇਹ ਆਪਣਾ ਫੈਸਲਾ ਕਰਦੇ ਆ। ਹਾਂਜੀ, ਬੜੀਆਂ ਦੀਰਘ ਵਿਚਾਰਾਂ ਹੁੰਦੀਆਂ ਉੱਥੇ। ਇਹਨਾਂ ਨੇ ਆਪਣੇ ਆਪ ਹੀ ਗਿਆਨੀ ਕੇਵਲ ਸਿੰਘ ਨੂੰ ਵੀ ਆਪਾਂ ਨਾਰਾਜ਼ ਕਰਤਾ, ਪ੍ਰੋਫੈਸਰ ਮਨਜੀਤ ਸਿੰਘ ਨੂੰ ਨਾਰਾਜ਼ ਕਰਤਾ ਤੇ ਆਪੇ ਫੈਸਲਾ ਦੇ ਦਿੱਤਾ ਜੀ, ਨਹੀਂ ਟੋੜੇ ਹੋਣੇ ਆਪਣੇ ਨਿਰਦੋਸ਼ ਨੇ, ਇਹਨਾਂ ਦਾ ਕੋਈ ਦੋਸ਼ ਨਹੀਂ। ਗਏ ਨਹੀਂ ਉੱਥੇ ਕਹਿੰਦੇ? ਹਾਂਜੀ ਗਏ, ਨਹੀਂ ਗਏ, ਕੈਪਟਨ ਝੂਠ ਬੋਲਦਾ, ਇਹ ਜਿਹੜੀ ਫੋਟੋਆਂ ਨਿਕਲੀਆਂ ਨੇ। ਜਿੱਦਾਂ ਇਹ ਕਹੀ ਜਾਂਦਾ ਵਾ ਆਪਣਾ ਜਿਹੜਾ ਕੌਣੀ ਹੈ, ਹਾਂਜੀ ਨਵਤੇਜ ਕੌਣੀ ਜਿਹੜਾ, ਨਵਤੇਜ ਸਿੰਘ ਕੌਣੀ, ਤੇ ਜਾਂ ਜਿਹੜਾ, ਕਿਉਂਕਿ ਅੱਜ ਇਹਦੀ ਵੀ ਇੰਟਰਵਿਊ ਹੋਈ ਹੈ, ਮੈਨੂੰ ਨਵੀਂ ਨਵੀਂ ਇਨਫੋਰਮੇਸ਼ਨ ਹੋਣੀ ਮਿਲੀ ਅਜੇ ਕਿਹਦੀ, ਆ ਜਿਹੜਾ ਤੁਹਾਡਾ ਨਵਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਿਆ ਨਾ ਜੀ, ਹਾਂ, ਇਹਦੀ ਇੰਟਰਵਿਊ ਪੱਤਰਕਾਰਾਂ ਨੇ ਪੁੱਛਿਆ ਇਹਨੂੰ ਤੁਹਾਡੇ ਉਸ ਕਿਸੇ ਬਾਰੇ, ਆਂਦਾ ਮੈਂ ਗਿਆ, ਮੁੱਕਰ ਗਿਆ, ਆਂਦਾ ਮੈਂ ਗਿਆ ਹੀ ਨਹੀਂ। ਹਾਂ ਵੇਖੋ ਕਿੱਡਾ ਵੱਡਾ ਝੂਠ ਆ, ਕੋਈ ਨਹੀਂ, ਉਹ ਹੈ ਫੋਟੋਆਂ ਆਪਣੇ ਕੋਲ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਮੁੱਕਰ ਹੀ ਗਿਆ ਸਾਫ਼, ਮੈਂ ਗਿਆ ਹੀ ਨਹੀਂ ਉੱਥੇ, ਕੱਲ ਖਾਲਸਾ ਨੂੰ ਵੀ ਤੋਂ ਸੇਵਾ ਕਰਦੇ ਇਹਨਾਂ ਦੀ ਦੁਬਾਰਾ। ਤੇ ਇਹੋ ਜਿਹੇ ਮਤਲਬ ਕਿ ਬੰਦੇ ਇੰਨੀਆਂ ਪੋਜੀਸ਼ਨਾਂ ਦੇ ਪਹੁੰਚ ਕੇ ਝੂਠ ਬੋਲਦੇ ਆ, ਦਰਅਸਲ ਇਹਨਾਂ ਅਹੁਦਿਆਂ ਦੇ ਇਹ ਆਪਣੇ ਨਹੀਂ ਡਿਜ਼ਰਵ ਨਹੀਂ ਕਰਦੇ, ਇਹਨਾਂ ਨੂੰ ਇਹੋ ਜਿਹੇ ਅਹੁਦੇ ਨਹੀਂ ਮਿਲਣੇ ਚਾਹੀਦੇ, ਪਰ ਜਦ ਉਹ ਜਿਹੋ ਜਿਹੀ ਕੋਕੋ ਉਹੋ ਜਿਹੀ ਕੋਕੋ ਦੇ ਬੱਚੇ, ਬਿਲਕੁਲ ਇਹ ਆਪਣੇ ਉਹਨਾਂ ਦੇ ਹੱਥ ਚੁੱਕੇ ਨਹੀਂ, ਇਹੋ ਜਿਹੇ ਬੰਦੇ ਉਹਨਾਂ ਨੂੰ ਚਾਹੀਦੇ ਆ, ਉਹੋ ਜਿਹੇ ਬੰਦੇ ਨੂੰ ਅੱਗੇ ਲਿਆਉਂਦੇ ਆ। ਬਿਲਕੁਲ, ਦੂਜੀ ਗੱਲ ਇਹਦੇ 'ਚ ਹੋਰ, ਅੱਜ ਦੇ ਇਲੈਕਸ਼ਨ 'ਚ ਜਿਹੜੀ ਸਾਬਤ ਹੋਈ ਆ ਉਹ ਇਹ ਆ ਵੀ 30 ਬੀਬੀਆਂ ਮੈਂਬਰ ਨੇ ਸ਼੍ਰੋਮਣੀ ਕਮੇਟੀ ਦੀਆਂ, ਹਾਂਜੀ, ਉਹਨਾਂ 'ਚ ਸਿਰਫ ਇੱਕ ਬੀਬੀਆਂ ਨਾਲ ਲਈ ਹੈ। ਇਸ ਤੋਂ ਇਹ ਪਤਾ ਲੱਗਦਾ ਵੀ ਬੀਬੀਆਂ ਨੂੰ ਇਹ ਕਿੰਨਾ ਕੁ ਜਿਹੜਾ ਸਤਿਕਾਰਯੋਗ, ਕਿੰਨਾ ਕੁ ਆਦਰ ਮਾਣ ਕਰਦੇ, ਕਿੰਨਾ ਕੁ ਸਤਿਕਾਰ ਦਿੰਦੇ ਆ। ਮਤਲਬ ਪਹਿਲਾਂ ਤਾਂ ਬੀਬੀਆਂ ਨੂੰ ਇੱਕ ਤਾਂ ਉੱਥੇ ਬੜੀ ਦੇਰ ਦੀ ਲਹਿਰ ਚੱਲੀ ਆ, ਕੋਈ ਕਦੇ ਕੀਰਤਨ ਨਹੀਂ ਕਰ ਦਿੰਦਾ, ਕੋਈ ਪਾਠ ਨਹੀਂ ਕਰ ਦਿੰਦੇ ਬੀਬੀਆਂ ਨੂੰ, ਮਤਲਬ ਇਹਨਾਂ ਆਪਣੇ ਨੀਵੀਂ ਪੱਧਰ ਦਾ ਸਮਝਦੇ ਆ ਵੀ ਇਹ ਗੱਲ ਜਿਹੜੀ ਹੈ ਸਿੱਖੀ ਅਸੂਲਾਂ ਦੇ ਬਿਲਕੁਲ ਉਲਟ ਆ। ਇਹ ਵੀ ਗੁਰਮਤ ਦਾ ਬੜਾ ਵੱਡਾ ਖੰਡਨ ਹੈ ਔਰ ਗੁਰਮਤ ਸਿਧਾਂਤਾਂ ਦਾ ਜਿਹੜਾ ਉਲੰਘਣਾ ਹੈ। ਨਹੀਂ, ਆਹ ਤਾਂ ਬੜੀ ਦੁੱਖਦਾਈ ਗੱਲ ਆ, ਕਿਉਂਕਿ ਮੈਨੂੰ ਇਨਫੋਰਮੇਸ਼ਨ ਨਹੀਂ ਸੀ ਇਹਦੇ ਬਾਰੇ ਹੈਗੀ ਵੀ ਇੱਕ ਹੀ ਬੀਬੀ 30 ਬੀਬੀਆਂ 'ਚੋਂ ਉਹਨੂੰ ਜਿਹੜਾ ਵਾ ਸ਼ਾਮਿਲ ਕਰਨਾ, ਬਲਕਿ ਉਹਨੂੰ ਕਿਸੇ ਅਹੁਦੇ 'ਤੇ ਚਾਹੀਦਾ ਸੀਗਾ ਘੱਟ ਤੋਂ ਘੱਟ, ਜਿਸ ਤਰ੍ਹਾਂ ਬੀਬੀ ਕਿਰਨ ਕੌਰ ਅੱਗੇ ਬੇਦੀ, ਕਿਰਨ ਕੌਰ ਬੀਬੀ ਅੱਗੇ ਬਣੀ ਸੀ ਜਨਰਲ ਸੈਕਟਰੀ, ਇਹੋ ਜਿਹਾ ਇਹਨਾਂ ਨੂੰ ਕੋਈ ਅਹੁਦਾ ਦੇਣਾ ਚਾਹੀਦਾ। ਨਹੀਂ, ਮਸਲਾ ਆਪਣਾ ਲੱਗਦਾ ਕਾਲ ਆ ਰਹੀ ਹੁਣ, ਜਿਹਨੇ ਕਾਲ ਕਰਨੀ ਆ ਕਿਸੇ ਸੱਜਣ ਨੇ ਵੀ, ਉਹਨਾਂ ਵੀ ਮੋਸਟ ਵੈਲਕਮ ਆ ਜੀ, ਆਪਣਾ ਫੋਨ ਕਰ ਸਕਦਾ ਹੁਣ ਅਤੇ ਆਪਾਂ ਸੁਣਦੇ ਹਾਂ। ਹੈਲੋ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਦੀਪ ਸਿੰਘ ਬੋਲ ਰਿਹਾ ਜੰਗਪੜ ਤੋਂ। ਹਾਂਜੀ ਹਾਂਜੀ, ਬੋਲੋ ਜੀ। ਤੇ ਗੱਲ ਜਿਹੜਾ ਸੀ ਪਹਿਲਾਂ ਟਾਪਲ ਇਸ ਪਰਦੇਸ ਨਾਲ, ਮੈਂ ਥੋੜੀ ਜਿਹੀ ਗੱਲ ਕਰਾਂ ਤੁਹਾਡੇ ਨਾਲ। ਹਾਂਜੀ ਹਾਂਜੀ, ਤੁਸੀਂ ਬੜਾ ਅੱਛਾ ਮੈਂ ਮੇਲ ਕੀਤੀ ਹੈ, ਬੜਾ ਮੁਕਤ ਸੀ ਲਿਆਉਣ, ਚਲੋ ਉਹਨਾਂ ਤੋਂ ਆਡੀਓ ਉਹਨਾਂ ਦੀ ਆ ਗਈ ਤੁਹਾਡੇ ਕੋਲ, ਤੁਸੀਂ ਕੀਤਾ ਸਾਰਾ। ਹਾਂਜੀ, ਤੇ ਜੋ ਪਹਿਲਾਂ ਮੈਂ ਟਾਈਮ ਵੇਸਟ ਲੱਗਿਆ ਸੀ, ਐਂਡ ਹੀ ਕੀਤਾ, ਮੈਨੂੰ ਬਹੁਤ ਅੱਛਾ ਲੱਗਾ ਸੀ ਕਿ ਇਹ ਸਾਰਿਆਂ ਲੋਕਾਂ ਵਾਸਤੇ ਜਵਾਬ ਜਿਹੜੇ ਸੋਚ ਰੱਖਦੇ ਆ, ਭਾਰਤ ਜੀ ਵਾਸਤੇ ਨਹੀਂ, ਸਾਰਿਆਂ ਵਾਸਤੇ ਹੀ ਹੈ। ਬਿਲਕੁਲ ਜੀ, ਬਿਲਕੁਲ। ਇਹ ਬਹੁਤ ਅੱਛਾ ਤੁਹਾਡਾ ਹੋ ਗਿਆ ਕਿ ਚਲੋ ਨਾਲ ਤੁਹਾਡਾ ਟਾਪਿਕ ਹੀ ਚੱਲਦਾ ਰਹੇਗਾ ਤੇ ਇਹਨਾਂ ਦੇ ਜਿਹੜੇ ਲੋਕ ਕਿੰਤੂ ਕੋਈ ਜਵਾਬ ਵੀ ਉਹਨਾਂ ਨੂੰ ਮਿਲਦਾ ਰਹੇਗਾ ਨਾਲ ਨਾਲ ਹੀ, ਬਹੁਤ ਅੱਛਾ ਹੋ ਗਿਆ। ਹਾਂਜੀ, ਪਰ ਅਸਲ ਜਿਹੜੀ ਭਾਈ ਰਣਜੀਤ ਸਿੰਘ ਦੀ ਗੱਲ ਸਾਰਿਆਂ ਦੀ ਹੈ ਨਾ, ਇਹਨਾਂ ਦੀ ਗੱਲ ਹੀ ਹੈ ਕਿ ਗੁਰਬਾਣੀ ਨੂੰ ਇਹ ਜੋ ਤੁਰਕੀ ਬਾਣੀ ਕਹਿ ਰਹੀ ਹੈ ਉਹਦੇ ਅਸਲੀ ਪਾਵ ਨੂੰ ਸਮਝਣ ਨੂੰ ਤਿਆਰ ਹੀ ਨੇ, ਇੱਕ ਲਫ਼ਜ਼ੀ ਜਿਹਾ ਮੀਨਿੰਗ ਲੈ ਕੇ ਆਪਣੀ ਸੋਚ ਨੂੰ ਉਭਾਰਨ ਲਈ ਉਹ ਜਿਹੇ ਤੁਕਾਂ ਕੱਢ ਲੈਂਦੇ ਆ। ਬਿਲਕੁਲ ਜੀ, ਬਿਲਕੁਲ ਜੀ। ਅਸੀਂ ਗੱਲ ਕਰ ਲਈਏ ਇਹਨਾਂ ਦੀ, ਭਾਈ ਜਿਸ ਤਰ੍ਹਾਂ ਉਹ ਕਹਿ ਰਹੇ ਆ ਭਾਈ ਰੱਤ ਲੱਗਾ ਕੱਪੜੇ ਜਾਮਾ ਪਲੀਤ, ਕੀ ਕੱਪੜੇ ਨੂੰ ਦਾਲ ਲੱਗੇ ਤਾਂ ਜਾਮਾ ਪਲੀਤ ਨਹੀਂ ਹੁੰਦਾ, ਹਾਂਜੀ, ਕਿ ਸਬਜ਼ੀ ਡੋਲ ਜਾਏ ਤਾਂ ਜਾਮਾ ਪਲੀਤ ਨਹੀਂ ਹੁੰਦਾ,
ਬਿਲਕੁਲ ਜੀ ਨਾ ਗੁਰਬਾਣੀ ਜੇ ਲੰਗਰ ਛਕਦਿਆਂ ਦਾਲ ਡੋਲ ਜਾਏ ਫਿਰ ਵੀ ਤਾਂ ਪਲੀਤ ਹੋ ਜਾਂਦਾ। ਖਿਚੜੀ ਕਿੱਥੇ ਖਾਂਦੇ ਨੇ ਜੇ ਖੋ ਖਾਣਾ ਖਿਚੜੀ ਦੀ ਗੱਲ ਕਰ ਲਈ ਤਾਂ ਬਸ ਇਹ ਵੀ ਕਿਹਾ ਨਾ ਰੋਟੀ ਮੇਰੀ ਕਾੜ ਕੇ ਲਾਉਣ ਮੇਰੀ ਭੁੱਖ ਤੁਸੀਂ ਗੱਲ ਕੀਤੀ ਹੈ ਨਵਾਜ਼ ਦੀ, ਫਿਰ ਨਵਾਜ਼ ਦੇ ਨਵਾਜ਼ ਤੁਸੀਂ ਮਤਲਬ ਉਹਨਾਂ ਦੇ ਨਵਾਜ਼ ਬੇਨਵਾਜ਼ਾ ਕੁੱਤੀ ਆ ਫਿਰ ਕੁੱਤੇ ਬਣ ਜਾਓ ਸਾਰੇ ਨਵਾਜ਼ ਕਿਉਂ ਨੀ ਪੜਦੇ ਜਾ ਕੇ। ਬਿਲਕੁਲ ਬਿਲਕੁਲ ਜੇ ਕੱਲ ਮੁਸਲਮਾਨ ਗੁਰਬਾਣੀ ਮਸਲਾ ਇਹੋ ਹੀ ਹੈ ਆਪਣਾ ਸਰਦਾਰ ਗੁਰਦੀਪ ਸਿੰਘ ਜੀ, ਮਸਲਾ ਇਹੋ ਹੀ ਹੈ ਕਿ ਗੁਰਬਾਣੀ ਦੀ ਇੱਕ ਪੰਕਤੀ ਇੱਕ ਸਲੋਕ ਚੱਕ ਕੇ ਉਹਦੇ ਆਧਾਰ ਤੇ ਸਾਰੀ ਬਾਣੀ ਦਾ ਨਜ਼ਰੀਆ ਪੇਸ਼ ਕਰਨਾ, ਉਸ ਪ੍ਰਕਰਨ ਨੂੰ ਨਾ ਸਮਝਣਾ, ਇਹ ਅਨਿਆਂ ਵਾ ਬਾਣੀ ਦੇ ਨਾਲ। ਜੋ ਇਹਦੇ ਸੋਚ ਬਣ ਚੁੱਕੇ ਨੇ ਬਦਲਣ ਨੂੰ ਤਿਆਰ ਨੀ, ਗਿਆਨ ਲੈਣ ਨੂੰ ਤਿਆਰ ਹੀ ਨਹੀਂ। ਅਸਲ ਜਿਹੜੀ ਚੀਜ਼ ਹੈ ਬੇਸਿਕਲੀ ਬੈਕਗ੍ਰਾਉਂਡ ਜੁੜੀ ਦੀ ਹੈ, ਚਲੋ ਕੁਰਬਾਨੀ ਚ ਉਹਨਾਂ ਕੰਮ ਕੀਤਾ ਉਹ ਹਮੇਸ਼ਾ ਤਾਰੀਫ ਕਰਦੇ ਸਾਡਾ ਸਿਰ ਝੁਕਦਾ ਨਾ ਕੇ ਜੁੜੇ ਨਾਨਕ ਸਾਹਿਬ ਕੁਰਬਾਨੀਆਂ ਦਾ ਮੁੱਲ ਨਾ ਵੱਟਣ ਆਪਣੀਆਂ ਦਾ, ਜੋ ਨਾਨਕ ਸਾਹਿਬ ਜੁੜੇ ਆ ਉਹਦਾ ਚਲੀ ਜਾਣ ਦੇ ਸੋਚ ਅੰਦਰ ਉਹ ਬਦਲਣੀ ਅਸੀਂ ਹੈ ਨੀ, ਜੋ ਮਰਜ਼ੀ ਕਰ ਲਓ ਤੁਸੀਂ। ਲਈ ਗੱਲ ਜਿਹੜੀ ਜਥੇਦਾਰੀ ਬਣਨ ਦੀ, ਦੇਖੋ ਜਥੇਦਾਰ ਜੋ ਬੰਦੇ ਜਾ ਰਹੇ ਆ ਅੱਜ ਖੁਦ ਗੁਰਬਚਨ ਨੂੰ ਨਿੰਦਣ ਡੇ ਆ, ਸੁਣ ਲਓ ਕੀ ਆਡੀਓ ਆਉਣਗੀਆਂ ਗੁਰਬਚਨ ਦੇ ਖਿਲਾਫ। ਇਹਦਾ ਬਸ ਸਾਫ ਜਿਹੜਾ ਕਿ ਬਣੇ ਇਹ ਵੀ ਏਦਾਂ ਹੀ ਸੀ ਨਾ, ਟੋੜੇ ਨੂੰ ਲੋੜ ਪਈ ਸੀ ਟੋੜੇ ਨੂੰ ਚੁੱਕ ਕੇ ਜਸਰ ਬਣਾ ਚੁੱਕੇ ਮੁਖਾਲਵੀ ਕਰੂਗਾ, ਵਰਤੇ ਸਿਆਸੀ ਪਰ ਰੱਖੇ ਟੋੜੇ ਨੇ ਵੀ ਉਦੋਂ। ਬਿਲਕੁਲ 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 ਜਥੇਦਾਰੀ ਦੇ ਲਾਇਕ ਮੈਂ ਕਹਿ ਮਾਫ ਚਾਹਣਾ ਹੋਵੇ ਜਦਾਂ ਦੀ ਗੱਲ ਨੀ ਸੀ ਨਾ ਵਿੱਚ, ਸਿਰਫ ਇਸ ਕਰਕੇ ਬਣਾਈ ਗਈ ਟੋੜੇ ਨੂੰ ਲੋੜ ਪੈ ਗਈ ਸੀ ਉਹਨੇ ਵਰਤ ਲਿਆ ਪਤਾ ਇਹਨਾਂ ਦਾ। ਬਿਲਕੁਲ ਇਸ ਤਰ੍ਹਾਂ ਹੀ ਬਣਿਆ ਜਿੱਦਾਂ ਖੋਜਣਾ ਬਣਿਆ ਚੱਲਦੇ ਆ। ਤੇ ਅਸਲ ਜਿਹੜਾ ਗਿਆਨ ਦਿਓ ਕੁਰਬਾਨੀ ਜਿਹੜੀ ਕੋਈ ਸ਼ਾਦ ਦੇ ਕੰਮ ਕਰਦੇ ਨੇ ਵੱਖਰੀ ਚੀਜ਼ ਹੈ। ਅਕਾਲ ਤਖ਼ਤ ਦੇ ਉੱਤੇ ਇਹ ਵਿਦਵਾਨਾਂ ਦੀਆਂ ਬਾਹਾਂ ਵੀ ਮਰੋੜਦੇ ਰਹੇ ਨੇ। ਬਿਲਕੁਲ ਹੋਰ ਵੀ ਇਹਨਾਂ ਕਈ ਕੰਮ ਗਲਤ ਕੀਤੇ ਨੇ। ਦੇਖੋ ਬਾਹਾਂ ਤਾਂ ਮਰੋੜ ਗਏ, ਗਿਆਨ ਉਹਨਾਂ ਗਿਆਨ ਦਾ ਕਹਿਣੀ ਬਣਾਏ ਦੇ ਟੋੜੇ ਨੇ ਸਿਆਸੀ ਖੇਡ ਕਿਵੇਂ ਖੇਡੀ ਹੈ। ਬਿਲਕੁਲ ਫਿਰ ਟੋੜਾ ਜਦੋਂ ਨਿਰੰਕਾਰ ਉੱਧਰ ਗਿਆ ਇਹਨਾਂ ਕਿੱਦਾਂ ਮਾਫ਼ ਕੀਤਾ, ਝੂਠ ਹੀ ਬੋਲਿਆ ਇਹਨਾਂ ਨੇ ਉੱਥੇ, ਝੂਠ ਬਿਲਕੁਲ ਝੂਠ ਬੋਲਿਆ ਅਕਾਲ ਤਖ਼ਤ ਉੱਤੇ ਝੂਠ ਬੋਲਿਆ। ਗੱਲ ਕਰਦੇ ਕਿਹੜੀਆਂ ਗੱਲਾਂ ਕਰਦੇ, ਕੀ ਬੰਦਾ ਕਰੇ ਵੀ ਚਲੋ ਠੀਕ ਹੈ ਆਡੀਓ ਅੱਗੇ ਤੁਹਾਨੂੰ ਮੌਕਾ ਬੜਾ ਸੋਹਣਾ ਮਿਲ ਗਿਆ, ਤੁਹਾਨੂੰ ਆਪਣਾ ਜਿਹੜਾ ਸਬਜੈਕਟ ਵੀ ਜਾ ਰਹੀ ਹੈ ਤੇ ਨਾਲੇ ਲੋਕਾਂ ਜਵਾਬ ਮਿਲਦਾ ਜਾ ਰਿਹਾ, ਬੜਾ ਸੋਹਣਾ ਗੁਰੂ ਮੇਰੇ ਤੋਂ ਚੜ੍ਹਦੀਆਂ ਕਦਰ ਰੱਖੇ, ਬੜੇ ਡੀਪਲੀ ਹਰ ਪੱਖ ਦੇ ਜਵਾਬ ਦੇ ਰਹੇ ਹੋ, ਬੜਾ ਸੋਹਣਾ ਕਰ ਰਹੇ ਹੋ ਤਾਂ ਕਿ ਉਹਨੂੰ ਗਿਆਨ ਹੋ ਜਾਏ ਲੋਕਾਂ ਨੂੰ ਜਿਹੜੇ ਸਮਝਣ ਸਮਝ ਜਾਣਗੇ। ਬਹੁਤ ਹੁਣ ਗੱਲ ਕਰ ਰਹੇ ਹੋ ਤੁਸੀਂ ਉਹ ਜਿਹੜਾ ਸ਼੍ਰੋਮਣੀ ਕਮੇਟੀ ਨਵਾਂ ਬਣਿਆ, ਹਾਂਜੀ ਉਹ ਹੁਣੇ ਠੀਕ ਹੈ ਗੱਲ ਕੀਤੀ ਹੈ, ਮੈਂ ਫੇਸਬੁੱਕ ਦੇਖ ਲਈ ਜਾਓ, ਉਹ ਨਾਲ ਹੀ ਉਹਨਾਂ ਨੇ ਗੁਰਬਚਨੇ ਦੀ ਵੀ ਲਾ ਕੇ ਦਿਖਾ ਦਿੱਤੀ ਹੈ ਭਾਈ ਦੇਖੋ ਇਹ ਬੰਦੇ ਲਿਸਟ ਬਣੀ ਦੀ, ਉਹਦੇ ਵਿੱਚ ਇਹਦਾ ਨਾਮ ਵੀ ਜਿਹੜੇ ਉੱਥੇ ਗਏ ਸਨ ਤੇ ਉਹਨੇ ਤਨਖਾਹ ਲਾਈ ਸੀ। ਬਿਲਕੁਲ ਬਿਲਕੁਲ ਗੁਰਬਚਨ ਦੀ ਆਡੀਓ ਉਹਨਾਂ ਦੇ ਦਿੱਤੀ ਹੈ ਭਾਈ, ਇਹ ਵੀ ਸੁਣ ਲਓ ਕਿਹਨਾਂ ਨੂੰ ਗਿਆ ਨੀ ਤੇ ਚੰਦੂ ਮਾਜਰਾ ਸੁਣ ਲਓ ਇਹਨੂੰ ਗਾਲ ਕਰਨ ਡਿਆ ਬਚਾਉਣ ਡਿਆ, ਉਦੋਂ ਦੇਖ ਲਓ ਗੁਰਬਚਨਾ ਕਹਿ ਰਿਹਾ ਗਿਆ ਸਜ਼ਾ ਲਾਈ ਉਹਨੇ। ਪ੍ਰਧਾਨ ਜਦੋਂ ਬਣਿਆ ਗੁਰਬਚਨੇ ਨੇ ਉਹਨੂੰ ਸਰੂਪਾ ਭੇਟ ਕੀਤਾ,
ਗੁਰਬਚਨ ਨੇ ਸਰਪੰਚ ਤੁਹਾਨੂੰ ਕੀ ਹੈ ਲੋਕਾਂ ਦੇ ਉਸੇ ਜਗ੍ਹਾ ਤੋਂ ਰਣਜੀਤ ਸਿੰਘ ਸਾਰੇ ਕਰਨ ਲੱਗੋ ਕਿ ਚਲੋ ਠੀਕ ਹੈ ਜੋ ਸਾਨੂੰ ਸਬਕ ਮਿਲਿਆ ਅਸੀਂ ਆਪਣੇ ਸਬਕ ਤੇ ਗੱਲ ਕਰੀ ਬੜੀ ਸੋਹਣੀ ਕਰ ਰਹੇ ਹੋ ਵਾਹਿਗੁਰੂ ਚੜ੍ਹਦੀਆਂ ਗੱਲਾਂ ਰੱਖੇ ਤੇ ਬਾਕੀ ਜਿਹੜਾ ਨਵਾਂ ਪ੍ਰਧਾਨ ਬਣਿਆ ਵੀ ਓਦਾਂ ਦੀ ਹੈ ਭਾਈ ਉਹ ਠੀਕ ਸਵਾਲ ਕਰ ਰਿਹਾ ਨਾਲ ਹੀ ਪ੍ਰੈਸ ਕਰ ਰਹੀ ਵਿੱਚ ਸਜ਼ਾ ਤੂੰ ਕਿਉਂ ਲਈ ਜੇ ਤੂੰ ਗੁਨਾਹਗਾਰ ਨਹੀਂ ਸੀ ਕਿ ਸਜ਼ਾ ਕਿਉਂ ਲਈ ਫਿਰ ਕਿਉਂ ਨਹੀਂ ਬੋਲਿਆ ਉਸਨੇ ਬਿਲਕੁਲ ਤੇ ਜਵਾਬ ਕੋਈ ਨੀ ਆਹੋ ਇਸ ਕਰਕੇ ਬਾਕੀ ਵੱਲੋਂ ਤੂੰ ਚੜ੍ਹਦੀਆਂ ਗੱਲਾਂ ਰੱਖੇ ਜਿਹੜੇ ਹੋ ਜੀ ਇਹਨੂੰ ਜਵਾਬ ਦੇਣਾ ਪੈਂਦਾ ਬੜਾ ਤੇਰੇ ਵਾਹਿਗੁਰੂ ਸੁੱਖ ਰੱਖੇ ਆਪਣੇ ਟਾਪਿਕ ਤੁਸੀਂ ਜਾਰੀ ਰੱਖੋ ਬੜਾ ਸੌਂਕ ਮਤਲਬ ਅੱਜ ਤੱਕ ਇਸ ਵਿਸ਼ੇ ਨੂੰ ਇੰਨੀ ਗਹਿਰਾਈ ਚ ਸ਼ਾਇਦ ਮੇਰਾ ਨਹੀਂ ਸੁਣਨ ਕਿਤੇ ਮਿਲਿਆ ਤੇ ਵਾਹਿਗੁਰੂ ਕਰ ਪੂਰਾ ਕਰੋ ਸੋਹਣੇ ਤਰੀਕੇ ਨਾਲ ਬਸ ਇਹ ਮੇਰੇ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਮਸਲਾ ਤੇ ਜਦੋਂ ਤੁਸੀਂ ਕੁਰਬਾਨੀਆਂ ਦਾ ਮੁੱਲ ਵੱਟਣ ਤੇ ਆ ਜਾਂਦੇ ਜੇ ਤੇ ਕੁਰਬਾਨੀਆਂ ਦੇਣ ਵਾਲੇ ਤੇ ਬੰਦੇ ਬਹੁਤ ਨੇ ਬਹੁਤ ਨੇ ਇਹ ਦਰਦ ਵਾਲੇ ਜਿਹੜੇ ਬੋਲਣ ਡਏ ਸਨ ਇਹਨਾਂ ਦੀ ਕੁਰਬਾਨੀ ਨਹੀਂ ਹੈ ਇਹਨਾਂ ਦੀਆਂ ਹੈਗੀਆਂ ਕਈ ਐਸੇ 20 ਸੱਜਣ ਨੇ ਜਿਹੜੇ ਐਸੇ ਕੁਰਬਾਨੀ ਵਾਲੇ ਸੱਜੇ ਪਰ ਉਹ ਕੁਰਬਾਨੀ ਜਿਹੜੀ ਹੈ ਨਾ ਤੁਹਾਡਾ ਸੁਭਾਅ ਬਣੇ ਬਸ ਉਹ ਕੁਰਬਾਨੀ ਨੂੰ ਮੌਕਾ ਬਣਾ ਕੇ ਤੇ ਵਰਤੋ ਨਾ ਉਸ ਕੁਰਬਾਨੀ ਨੂੰ ਤੁਸੀਂ ਹੁਣ ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਨੇ ਆਮ ਬੰਦਾ ਇਹ ਮਹਿਸੂਸ ਕਰਦਾ ਵਾ ਜਹਿਦਾ ਰਣਜੀਤ ਸਿੰਘ ਹੋਣਾ ਦੀਆਂ ਵੀ ਆਮ ਬੰਦਾ ਇਹ ਮਹਿਸੂਸ ਕਰਦਾ ਵਾ ਵੀ ਯਾਰ ਜਵਾਬ ਦੇਵਾਂਗੇ ਤੇ ਮੇਰੇ ਤੇ ਸਵਾਲੀਆ ਚਿੰਨ ਲੱਗੇਗਾ ਵੀ ਕੁਰਬਾਨੀ ਕਰਨ ਵਾਲਾ ਬੰਦਾ ਉਹਦਾ ਜਵਾਬ ਇਹ ਕੌਣ ਦੇ ਰਿਹਾ ਵੀ ਇਹਦੇ ਪੱਲੇ ਕੀ ਹੈ ਮੈਨੂੰ ਗਾਲਾਂ ਪਈਆਂ ਜੀ ਫੇਸਬੁੱਕ ਤੇ ਵੀ ਕੌਣ ਹੁੰਦਾ ਉਹਦਾ ਜਵਾਬ ਦੇਣ ਵਾਲਾ ਪਰ ਮਸਲਾ ਇਹ ਨਹੀਂ ਹੈ ਮਸਲਾ ਇਹ ਹੈ ਵੀ ਗਲਤ ਨੂੰ ਗਲਤ ਕਹਿਣਾ ਤੇ ਸਹੀ ਨੂੰ ਸਹੀ ਕਹਿਣਾ ਸਿੱਖ ਦਾ ਸੁਭਾਅ ਹੋਣਾ ਚਾਹੀਦਾ ਭਾਵੇਂ ਉਹ ਗਲਤ ਕਰਨ ਵਾਲਾ ਕੁਰਬਾਨੀ ਕਰਨ ਨਾਨਕ ਸਾਹਿਬ ਗੁਰੂ ਸਾਹਿਬ ਨੇ ਇਸ ਸੁਭਾਅ ਨੂੰ ਤੁਹਾਡੇ ਅੰਦਰੋਂ ਪ੍ਰਗਟ ਕੀਤਾ ਸੀ ਜਦੋਂ ਦਾਦੂ ਦੀ ਮੜੀ ਵੱਲ ਤੀਰ ਕੀਤਾ ਨਾ ਇਹ ਨਹੀਂ ਵੀ ਗੁਰੂ ਦਾਦੂ ਦੇ ਉਪਾਸ਼ਕ ਸਨ ਉਹ ਤੁਹਾਨੂੰ ਇਸ ਲੈਵਲ ਤੇ ਲਿਆਉਣਾ ਚਾਹੁੰਦੇ ਸਨ ਵੀ ਤੁਹਾਡੇ ਅੰਦਰ ਸਵਾਲ ਕਰਨ ਦੀ ਇਹ ਨਾ ਕਦੇ ਸਮਝ ਲਿਓ ਵੀ ਦਾਦੂ ਦੀ ਮੜੀ ਦਾ ਉਪਾਸ਼ਕ ਜੇ ਗੁਰੂ ਹੈਗਾ ਤਾਂ ਉਹਨੂੰ ਨਹੀਂ ਰੋਕਣਾ ਉਪਾਸ਼ਕ ਨਹੀਂ ਪਰ ਤੁਹਾਡੇ ਅੰਦਰ ਇਹ ਜੁਰਤ ਪੈਦਾ ਕਰਨ ਵਾਸਤੇ ਗੁਰੂ ਨੇ ਸਿਧਾਂਤ ਆਪਣੇ ਤੋਂ ਉਲਟ ਜਾ ਕੇ ਤੁਹਾਨੂੰ ਸਿਧਾਂਤ ਦਿੱਤਾ ਲਓ ਸੋ ਕਹਿਣ ਤੋਂ ਭਾਵ ਇਹ ਹੈ ਵੀ ਅਸੀਂ ਕਿਸੇ ਨੂੰ ਰੱਬ ਬਣਾ ਕੇ ਪੈਦਾ ਨਹੀਂ ਕਰਨਾ ਗੁਰੂ ਸਾਹਿਬ ਨੇ ਸਿੱਖਾਂ ਨੂੰ ਉਤਸ਼ਾਹਿਤ ਕੀਤਾ ਬਿਲਕੁਲ ਭਾਈ ਉੱਠੋ ਸਵਾਲ ਕਰੋ ਗੁਰੂ ਨੂੰ ਵੀ ਸਵਾਲ ਕਰੋ ਬਿਲਕੁਲ ਪਰ ਇਹ ਲੋਕ ਕਹਿੰਦੇ ਨੇ ਵੀ ਤੁਸੀਂ ਸਾਨੂੰ ਸਵਾਲ ਕਰਨ ਵਾਲੇ ਹੁੰਦੇ ਕੌਣ ਜੇ ਇਹ ਆਪਣੇ ਆਪ ਨੂੰ ਗੁਰੂ ਤੋਂ ਵੱਡਾ ਬਣਾ ਰਹੇ ਨੇ ਸਮਝ ਰਹੇ ਮਸਲਾ ਤੇ ਇਹੋ ਹੀ ਸੀ ਵੀ ਸਵਾਲ ਗੁਰੂ ਤਾਂ ਕਹਿੰਦਾ ਸੀ ਕਰੋ ਕਿਉਂਕਿ ਗੁਰੂ ਉਹਨਾਂ ਉਹ ਸਵਾਲ ਮੁਕਤ ਸੀ ਉਹ ਹਰ ਸਵਾਲ ਦਾ ਜਵਾਬ ਸੀ ਗੁਰੂ ਤੋਂ ਕੋਈ ਨਹੀਂ ਪਰ ਇਹਨਾਂ ਲੋਕਾਂ ਦੇ ਅੰਦਰ ਆਵਾਮ ਦੇ ਅੰਦਰ ਸਵਾਲ ਪੈਦਾ ਕਰਨਾ ਚਾਹੁੰਦਾ ਸੀ ਗੁਰੂ ਇਸ ਕਰਕੇ ਕਦੀ ਦਾਦੂ ਦੀ ਮੜੀ ਵੱਲ ਨੂੰ ਕਦੀ ਕਿਸੇ ਤਰੀਕੇ ਨਾਲ ਮਤਲਬ 20 ਤਰੀਕੇ ਗੁਰੂ ਨੇ ਪੈਦਾ ਕੀਤੇ 20 ਸਿਚੁਏਸ਼ਨਸ ਗੁਰੂ ਨੇ ਕ੍ਰੀਏਟ ਕੀਤੀਆਂ ਇਹ ਤਰੀਕਾ ਹੁੰਦਾ ਸਮਝਾਉਣ ਦਾ ਇੱਕ ਤੇ ਗੁਰੂ ਵਰਗੀ ਪਰਸਨੈਲਿਟੀ ਗੁਰੂ ਜਿਹਦੇ ਰਾਹੀਂ ਬਾਣੀ ਆਈ ਹੋਵੇ ਆਮ ਕਰਕੇ ਗੱਲ ਕਹਿੰਦੇ ਜੇ ਗਿਆਨ 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 ਉਹ ਭਾਈ ਗਿਆਨ ਕੀ ਹੈ ਗਿਆਨ ਤੇ ਸੂਖਸ਼ਮ ਹੈ ਕਿੱਥੇ ਕਿਹਨੇ ਵੇਖਿਆ ਗਿਆਨ ਕਿਸੇ ਨੇ ਅੱਖਾਂ ਨਾਲ ਵੇਖਿਆ ਸੂਖਸ਼ਮਤਾ ਹਮੇਸ਼ਾ ਸਥੂਲਤਾ ਰਾਹੀਂ ਪ੍ਰਗਟ ਹੁੰਦੀ ਹੈ ਬਿਲਕੁਲ ਸਰੀਰ ਸਥੂਲ ਹੈ ਜੇ ਇਸ ਸਥੂਲ ਰਾਹੀਂ ਗਿਆਨ ਪ੍ਰਗਟ ਹੋ ਗਿਆ ਉਹਦਾ ਪ੍ਰੀਫਿਕਸ ਜਿਹੜਾ ਸੀ ਉਹਦਾ ਐਡਜੈਕਟਿਵ ਜਿਹੜਾ ਸੀ ਗੁਰੂ ਸੀ ਬਿਲਕੁਲ ਸੋ ਮਸਲਾ ਇੰਨਾ ਹੀ ਹੈ ਵੀ ਸਾਨੂੰ ਇਹ ਗੱਲ ਸਮਝਣੀ ਪਏਗੀ ਵੀ ਗਲਤ ਨੂੰ ਅਸੀਂ ਗਲਤ ਕਹਿਣਾ ਹੈ ਭਾਵੇਂ ਉਹ ਕੋਈ ਜਥੇਦਾਰ ਕਰੇ ਭਾਵੇਂ ਉਹ ਕੋਈ ਸ਼੍ਰੋਮਣੀ ਕਮੇਟੀ ਵਾਲਾ ਕਰੇ ਜਾਂ ਕੋਈ ਵੀ ਕਰੇ ਸੋ ਆਪਣੇ ਮਿੰਟ 3 ਰਹਿ ਗਏ ਨੇ ਤਿੰਨ ਚਾਰ ਰਹਿ ਗਏ ਨੇ ਸਰਦਾਰ ਜਸਵੀਰ ਸਿੰਘ ਹੁਣੀ ਵੀ ਆ ਗਏ ਨੇ ਕੋਈ ਕਾਲ ਵੇਖ ਲਓ ਜੇ ਕੋਈ ਲੈਣੀ ਹੈ ਤੇ ਕਾਲ ਕੋਈ ਨਹੀਂ ਜੇ ਕੋਈ ਆਏਗੀ ਤਾਂ ਆਪਾਂ ਲੈ ਲਾਂਗੇ ਐਟ ਦੀ ਮੂਮੈਂਟ ਪ੍ਰੋਗਰਾਮ ਤਾਂ ਕਾਫੀ ਵੀਰ ਸੁਣ ਰਹੇ ਨੇ ਅਤੇ ਹੁਣ 3-4 ਮਿੰਟ ਹੈਗੇ ਨੇ ਜੇ ਕਿਸੇ ਸੱਜਣ ਨੇ ਕਾਲ ਕਰਨੀ ਕਰ ਸਕਦਾ ਪਹਿਲਾਂ
ਜਦੋਂ ਮਾਸ ਵਾਲਾ ਟੌਪਿਕ ਚੱਲ ਰਿਹਾ ਸੀ ਉਸ ਦਰਮਿਆਨ ਦੋ ਤਿੰਨ ਕੌਲਾਂ ਆਈਆਂ ਸਨ, ਮੈਂ ਲਈਆਂ ਨਹੀਂ। ਕਾਰਨ ਇਹ ਆ ਵੀ ਕਿਉਂਕਿ ਉਹ ਕੌਲ ਵਾਲਾ ਵਿਸ਼ਾ ਹੀ ਨਹੀਂ, ਉਹ ਫਿਰ ਵਿਸ਼ਾ ਬ੍ਰੇਕ ਹੋ ਜਾਂਦਾ ਸਾਰਾ। ਨਹੀਂ ਉਹ ਤਾਂ ਲਗਾਤਾਰ ਚੱਲਣਾ ਚਾਹੀਦਾ, ਉਹਦੀ ਲਗਾਤਾਰਤਾ ਜਿਹੜੀ ਟੁੱਟ ਜਾਂਦੀ ਹੈ। ਅਤੇ ਹੋਰ ਸਰਦਾਰ ਜਗਰੂਪ ਸਿੰਘ ਜੀ, ਆਪਣਾ ਕੀ ਸ਼ੋਭਾ ਕਰਨੀ ਚਾਹੋਗੇ ਇਹਨਾਂ ਦੀ ਤੁਸੀਂ? ਮੈਂ ਤੁਹਾਡੇ ਵਾਲੇ ਲਫਜ਼ਾਂ 'ਚ ਪੁੱਛਾਂ ਤਾਂ ਹੈ, ਖੇਡ ਤਾਂ ਪੂਰੀ ਐਂਡ ਆਫ ਦਾ ਡੇ ਉਹਦੀ ਹੈ ਨਾ, ਕੈਪੀਟਲ ਜਿਹੜਾ ਮਾਇਆ ਉਹ ਜਾਂਦੀ ਕੌਮ ਦੀ, ਬਿਲਕੁਲ ਡਾਊਨ ਦੀ ਡਰੇਨ ਜਾ ਰਹੀ ਹੈ, ਡਾਊਨ ਦੀ ਡਰੇਨ। ਅਤੇ ਅੱਜ ਉਹ ਬੋਲਿਆ ਉਹਨੂੰ ਇੰਟਰਵਿਊ, ਆ ਜਿਹੜਾ ਬਣਿਆ ਕੀ ਨਾਮ ਹੋਇਆ ਪ੍ਰਧਾਨ, ਕਹਿੰਦਾ ਬੜੀ ਕਿਰਪਾ ਹੋਈ ਬਹੁਤ, ਕਹਿੰਦਾ ਬਹੁਤ ਪ੍ਰਚਾਰ ਚੱਲ ਰਿਹਾ, ਚੱਲ ਰਿਹਾ ਕਰਕੇ ਬੋਲਿਆ। ਅੱਛਾ ਚੱਲ ਰਿਹਾ, ਹਾਂਜੀ। ਮਤਲਬ ਉਹ ਸਿੰਘ ਨਾਥ ਵਾਲਾ ਤਾਂ ਨਹੀਂ ਕਹਿੰਦਾ ਪ੍ਰਚਾਰ ਚੱਲ ਰਿਹਾ ਸਿੰਘ ਨਾਥ, ਜਿਹੜਾ ਚੱਲ ਰਿਹਾ ਬਾਈ ਆਪਾਂ ਨੂੰ ਦੀਦਾ ਹੀ ਆ ਮੂਹਰੇ। ਨਹੀਂ ਪ੍ਰਚਾਰ ਤਾਂ ਚੱਲ ਰਿਹਾ, ਸੇ ਠੀਕ ਉਹ ਕਹਿ ਰਿਹਾ ਵੀ ਹੁਣ ਵੇਖੋ ਅਕਾਲੀ ਦਲ, ਮੈਂ ਅਕਾਲੀ ਦਲ ਹੀ ਆ ਵੈਸੇ, ਮੈਂ ਅਕਾਲੀ ਦਲ ਤੇ ਨਹੀਂ, ਮੈਂ ਤੇ ਇਹਨਾਂ ਨੂੰ ਅਕਾਲੀ ਵੀ ਨਹੀਂ ਕਦੀ ਕਿਹਾ, ਮੈਂ ਅਕਾਲੀ ਲਿਖਦਾ ਹੁੰਦਾ ਇਹਨਾਂ ਨੂੰ, ਜਿਹੜੇ ਹੁਣ ਹੈਗੇ ਹਾਂ ਇਹਨਾਂ, ਐੜਾ ਨਹੀਂ ਮੈਂ ਅੱਗੇ ਪਾਉਂਦਾ। ਮਤਲਬ ਕਾਲੀ ਕਾਲੀ ਦਲ ਲਿਖ ਦਿੰਦੇ ਜੇ, ਕਾਲੀ ਦਾਲ, ਕਾਲੀ ਦਾਲ, ਮੈਂ ਲਿਖਦਾ ਫਿਰ ਕਾਲੀ ਦਾਲ ਕਿਹਾ ਦੇ ਕਹਿ ਦਿਆ ਕਰੋ ਨਾ। ਅਕਾਲੀ ਤੇ ਅਕਾਲ ਦਾ ਪੁਜਾਰੀ ਹੈ, ਅਕਾਲੀ ਤੇ ਸਿਰਫ ਅਕਾਲ ਪੁਰਖ ਤੇ ਵਿਸ਼ਵਾਸ ਰੱਖਦਾ, ਹੋਰ ਕਿਸੇ ਤੇ ਨਹੀਂ। ਪਰ ਇਹ ਤਾਂ ਹੁਣ ਹਰ ਜਗ੍ਹਾ ਹੀ ਤੁਰੇ ਫਿਰਦੇ ਆ, ਅਤੇ ਆਪਣੇ ਵੱਡੇ ਵੱਡੇ ਤਿਲਕ ਲਾ ਕੇ ਅਤੇ ਮੁਕਟ ਲਾ ਕੇ ਅਤੇ ਜੱਗ ਵੀ ਕਰਦੇ, ਸਭ ਕੁਝ ਕਰਦੇ ਆ। ਦੂਜਾ ਇਹ ਆ ਵੀ ਆਪਣਾ ਬੜਾ ਮੁਸ਼ਕਲ ਹੈ ਸਭ ਸੂਰਤ ਵਾਲਾ ਬੰਦਾ ਇਹਨੇ ਚ ਲੱਭਣਾ। ਇਹਨਾਂ ਪਤਾ ਨਾ ਮੋਸਟਲੀ ਮੈਜੋਰਿਟੀ ਜਿਹੜੀ ਹੈ ਕੌਮ ਆਪਣੀ ਉਹ ਸੁੱਤੀ ਹੋਈ ਹੈ, ਉਹਨਾਂ ਨੂੰ ਦੇ ਡੋਂਟ ਬੋਦਰ, ਸਾਨੂੰ ਕੀ। ਨਹੀਂ ਪ੍ਰਚਾਰ ਵੀ ਤਾਂ ਇਹੋ ਕਰਦੇ ਨਾ ਵੀ ਸੁੱਤੇ ਰਹੋ ਸੁੱਤੇ ਰਹੋ, ਇਹ ਜਿਹੜਾ ਜਿਹੜਾ ਕੌਮ ਦਾ ਜਿਹੜਾ ਅਸਲੀ ਲੀਡਰ ਹੁੰਦਾ ਉਹ ਕਹਿੰਦਾ ਜਾਗ ਜਾਗੋ ਜਾਗਦੇ ਰਹੋ, ਇਹ ਕਹਿੰਦਾ ਸੁਵੋ ਅਸੀਂ ਜਾਗਦੇ ਹਾਂ ਤੁਸੀਂ ਸੁਵੋ, ਫਿਕਰ ਨਾ ਕਰੋ। ਜਿਹੜਾ ਮਾੜਾ ਜਾਗਦਾ ਉਹਦੇ ਹੁਣ ਜਿਵੇਂ ਮਾੜਾ ਤੁਸੀਂ ਪ੍ਰੋਗਰਾਮ ਕੀਤਾ, ਹਾਂਜੀ ਉੱਧਰ ਦੇਖੋ ਕਿੱਦਾਂ ਆਉਣ ਲੱਗੇ ਬਿਆਨ, ਕਿਉਂ ਆਹ ਅਜੇ ਕਹਿੰਦੇ ਸੀ ਪਹਾੜੀ ਦੇਸ਼ਾਂ ਵਾਲੇ, ਕਹਿੰਦੇ ਇਹ ਵਿਸ਼ਾ ਕਿਹੜਾ ਜੀ, ਅੱਧੇ ਘੰਟੇ 'ਚ ਵਿਸ਼ਾ ਮੁੱਕ ਜਾਣਾ ਚਾਹੀਦਾ। ਲਓ ਆ ਗਿਆ ਜੇ ਤੁਹਾਡੇ ਅੱਧੇ ਘੰਟੇ ਵਾਲਾ ਵਿਸ਼ਾ, ਇੱਕ ਨਹੀਂ ਇੱਕ ਬੇਕੀਆਂ ਦਾ ਜਥਾ ਵਾ ਆਪਣਾ ਮੇਰੇ ਖਿਆਲ ਟੋਰੰਟੋ ਅਤੇ ਕਨੇਡਾ ਤੋਂ। ਇਹ ਤਾਂ ਕਦੀ ਨਾ ਮੁੱਕਣ ਵਾਲਾ ਵਿਸ਼ਾ ਵੀ, ਇਹ ਵਿਸ਼ਾ ਐਸਾ ਵਿਸ਼ਾ ਹੈ ਜਿਹੜਾ ਸਭ ਤੋਂ ਉਲਝਿਆ ਹੈ, ਉਲਝਿਆ ਸਿੱਖਾਂ ਕੋਲ ਵਿਸ਼ਾ ਹੀ ਨਹੀਂ ਉਹ, ਇਸ ਵਿਸ਼ੇ 'ਚ ਉਲਝਣਾ ਸਿੱਖਾਂ ਵਾਸਤੇ ਸਭ ਤੋਂ ਜ਼ਿਆਦਾ ਖਤਰਨਾਕ ਹੈ ਵੀ ਜਿਹੜੇ ਅਜੇ ਭੋਜਨ ਦੇ ਗੁਲਾਮ ਹੋਣ ਉਹ ਕਿਹੜੀ 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 ਆਜ਼ਾਦੀ ਦੀ ਗੱਲ ਕਰਦੇ ਨੇ, ਕਿਹੜੀ ਮਾਨਸਿਕ ਆਜ਼ਾਦੀ ਦੀ ਗੱਲ ਕਰ ਰਹੇ ਨੇ। ਇਹ ਤਾਂ ਵਿਸ਼ਾ ਸਿੱਖਾਂ ਕੋਲ ਹੋਰ ਵਿਸ਼ਾ ਕੋਈ ਹੈ ਹੀ ਨਹੀਂ ਸਵਾ ਇਸ ਤੋਂ। ਟਾਈਮ ਆਪਣਾ ਤਕਰੀਬਨ ਹੋ ਗਿਆ, ਕਮਲ ਜਿਉਂ ਮਾਇਆ, ਕਮਲ ਜਿਉਂ ਮਾਇਆ ਜਲ ਵਿੱਚ ਹੈ ਅਲੇਪ ਸਦਾ, ਸਭ ਦਾ ਸੁਨੇਹੀ ਚਾਲ ਸਭ ਤੋਂ ਨਿਰਾਲੀ ਹੈ। ਸੋ ਇਹ ਭਾਈ ਕਾਨ ਸਿੰਘ ਨਾਭਾ ਦਾ ਕਵਿਤ ਸੀ, ਮੈਨੂੰ ਯਾਦ ਤਾਂ ਨਹੀਂ ਹੁਣ ਪੂਰਾ, ਪਰ ਦੇਖ ਲਿਓ ਜਾ ਕੇ ਮਿਲ ਜਾਏਗਾ। ਮੈਂ ਵੀ ਬੋਲਿਆ ਅੱਗੇ ਦੋ ਚਾਰ ਆਪਣੇ ਪ੍ਰੋਗਰਾਮਾਂ ਰਾਹੀਂ, ਅਤੇ ਲਗਾਤਾਰਤਾ ਨਾ ਰਹੇ ਕਿਸੇ ਚੀਜ਼ ਦੀ ਭੁੱਲ ਵੀ ਜਾਂਦਾ ਤੁਹਾਨੂੰ। ਅਤੇ ਅਖੀਰ 'ਤੇ ਜਾ ਕੇ ਜਦੋਂ ਭਾਈ ਕਾਨ ਸਿੰਘ ਨਾਭਾ ਕਹਿੰਦੇ ਇਹਨਾਂ ਦਾ ਗੁਰਦੁਆਰਾ ਸਵਾਰਥ ਤੋਂ ਬਿਨਾਂ ਗੁਰਦੁਆਰਿਆਂ ਦਾ ਚੌਂਕੀਦਾਰ, ਸਿੱਖ ਦਸ਼ਮੇਸ਼ ਦਾ ਸੋ ਕਹੀਏ ਅਕਾਲੀ ਹੈ। ਵੀ ਅਕਾਲੀ ਕੌਣ ਹੈ ਜਿਹੜਾ ਸਵਾਰਥ ਤੋਂ ਬਿਨਾਂ ਗੁਰਦੁਆਰਿਆਂ ਦਾ ਚੌਂਕੀਦਾਰ ਹੋਵੇ। ਇਹਦੀ ਵੀ ਮੈਂ ਹੁਣ ਕੁਰਬਾਨੀ ਕੀਤੀ ਹੈ ਜੀ, ਅਤੇ ਵੀ ਮੈਂ ਜੋ ਕਹਾਂ ਮੇਰਾ ਹੁਕਮ, ਮੇਰਾ ਹੁਕਮ ਚੱਲੇ। ਸੋ ਲਓ ਜੀ, ਜਿਹੜਾ ਦੂਸਰਾ ਸਾਡਾ ਵਿਸ਼ਾ ਸੀ ਜੋ ਕਿ ਜਿਹਨੂੰ ਲੀਡ ਸਰਦਾਰ ਸੇਵਾ ਸਿੰਘ ਹੋਣਾ ਅਤੇ ਆਪਣਾ ਸਰਦਾਰ ਜਗਰੂਪ ਸਿੰਘ ਹੋਣਾ ਨੇ ਕੀਤਾ ਹੈ, ਅਤੇ ਉਹ ਵੀ ਆਪਣਾ ਕੰਕਲੂਡ ਹੋ ਚੁੱਕਾ ਹੈ। ਅਤੇ ਮਿਲਦੇ ਹਾਂ ਅਗਲੇ ਹਫ਼ਤੇ ਕਿਸੇ ਹੋਰ ਵਿਸ਼ੇ ਨਾਲ, ਕਿਸੇ ਹੋਰ ਰੌਲੇ ਗੋਲੇ ਨਾਲ, ਕਿਉਂਕਿ ਪੈਂਦਾ ਰਹਿੰਦਾ ਕੌਮ ਦੇ ਵਿੱਚ ਕੋਈ ਨਾ ਕੋਈ ਰੌਲਾ ਉੱਠ ਹੀ ਜਾਂਦਾ, ਕਦੀ ਕੋਈ ਨਵਾਂ ਪ੍ਰਧਾਨ ਉੱਠ ਗਿਆ, ਕਦੀ ਕੋਈ ਨਵਾਂ ਸੈਕਟਰੀ ਆ ਗਿਆ। ਅਤੇ ਅਗਲੇ ਹਫ਼ਤੇ ਜਿਹੜਾ ਦੁਬਾਰਾ ਫਿਰ ਤੁਹਾਡੇ ਰੂਬਰੂ ਹੋਵਾਂਗੇ। ਦੋ ਸਾਨੂੰ ਅੱਜ ਤੱਕ ਹੋਣ ਲਈ ਇੰਨਾ ਕੁ ਕਰੋ ਮਨਜ਼ੂਰ ਅਤੇ ਸਾਨੂੰ ਦਿਓ ਛੁੱਟੀ।
ਤੇ ਸੁਣਦੇ ਰਹੋ ਰੇਡੀਓ ਸਿੰਘਨਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।